ਲੋਰਦਾ ਐ ਕੋਈ ਪਾਵਾ ਅਕਸਰ ਲਾਵਾ ਕੀ ਬਾਤ ਹੈ ਹਲੇ ਤੱਕ ਇੰਟਰਵਿਊ ਕਿਤੇ ਦਿੱਤੇ ਨੇ 70 80 ਹੋ ਗਏ ਨੇ ਲੋਕੀ ਲੱਗਿਆ ਆਂਦੇ ਨੇ ਇੰਟਰਵਿਊ ਵਗੈਰਾ ਜਿਹੜੇ ਨੇ ਉਹ ਤੁਸੀਂ ਪੈਸੇ ਵੀ ਲੈਂਦੇ ਹੋ ਮੈਂ ਕੋਲੋਂ ਪੈਸੇ ਲਾਏ ਅੱਛਾ ਮੇਰੀ ਬੀਬੀ ਕਹਿੰਦੀ ਏ ਤੂੰ ਤੇ ਘਰ ਵੀ ਵੇਚ ਦੇ ਜੇ ਬੁੱਢੀ ਨਰਾਜ਼ ਹੋ ਗਈ ਨਾ ਤੇ ਪਾਵਾ ਪਵਾ ਕੁਛ ਨਹੀਂ 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 ਪਹਿਲੋਂ ਨਰਾਜ਼ ਹੋਣਾ ਹੈ ਪੀਆ ਮੀਆਂ ਸਾਹਿਬ ਲੋਕ ਕਹਿੰਦੇ ਤਾਂ ਹੀ ਨੇ ਕਿ ਜਨਾਬ ਲਾਹੌਰ ਉਹਨਾਂ ਦਾ ਘੜੇ ਨਹੀਂ ਨਹੀਂ ਮੈਂ ਲਾਹੌਰ ਦਾ ਪਾਵਾ ਤੇ ਮੈਂ ਹੀ ਰਹਾ ਇਹ ਲਾਵਾ ਜਿਹੜਾ ਉਹ ਤੁਹਾਡੀ ਫੈਮਲੀ ਦਾ ਨਾਮ ਹੈ ਰਾਇਆਂ ਦੀ ਹੱਲ ਪੈ ਜਾਂਦੀ ਹੈ ਜਿਹੜਾ ਕੋਈ ਚੰਦ ਚੜਾਇਆ ਹੁੰਦਾ ਨਾ <laughs> <गलते> हाँ। <laughs> <तालिया। laughs> अली खान और मेरे इस खसूसी चैनल के ऊपर आपको खुश आमदी कहूँगा हमारा ये जो चैनल है मेरे मेहमान ये माशाल्लाह बड़ा आपने उसको सपोर्ट किया बड़े सब्सक्राइबर्स उसके इंक्रीज हुए लोगों ने वीडियोस को पसंद किया और मुझे बहुत सी रिक्वेस्ट आई कि जनाब ये बड़ा जबरदस्त सिलसिला आपने शुरू किया इंटरव्यूज़ का और इसको जारी और सारी रखेगा तो हमने इसी सिलसिले को आगे बढ़ाते हुए आज एक ऐसी शख्सियत को बुलाया है जो ना सियासतदान है ना सहाफ़ी है ना एक्टर है ना शायर है लेकिन वो इस वक्त दिलों पर राज कर रहे हैं और दिलों पर उन्होंने सिर्फ राज इस तरह किया कि उन्होंने एक ऐसा जुमला बोला जो लोगों के दिल में आके लगा और उन्होंने अपना जिसे कहते हैं ना पावा ठोक दिया वहाँ पे तो और आ, ऐसा पावा ठुका है कि इनकी इस जुमले की जो आ, गूंज है वो सिर्फ पाकिस्तान नहीं बाहर गोरे गोरियाँ इंडिया पता नहीं कहाँ कहाँ तक जो है वो ये जुमला अब बोला जा रहा है मेरे आज के बड़े खसूसी मेहमान हैं लोरदा इक्को पावा <laughs> ਕੀ ਹਾਲ ਹੈ ਸਰ ਠੀਕ ਠਾਕ ਹਾਂ ਠੀਕ ਠਾਕ ਐ ਮੈਂ ਨਾਜ਼ਿਰ ਮੈਂ इनसे ਗੱਲਬਾਤ ਸ਼ੁਰੂ ਕਰਨ ਸੇ ਪਹਿਲੇ ਆਪਕੋ ਇਹ ਬਤਾ ਦੂੰ ਕਿ ਇਹ ਜੋ ਇੰਟਰਵਿਊ ਹੋਗਾ ਇਹ ਪੰਜਾਬੀ ਮੇ ਹੋਗਾ ਕਿਉਂਕਿ ਅਖਤ ਲਾਵਾ ਦੇ ਨਾਲ ਜੇ ਮੈਂ ਪੰਜਾਬੀ ਚ ਗੱਲ ਨਾ ਕੀਤੀ ਤੇ ਬਖੈਰ ਨਾ ਇਨਸਾਫੀ ਹੋ ਜਾਏਗੀ ਬਹੁਤ ਅੱਛਾ ਜੀ ਚੰਗਾ ਕੀਤਾ ਨਾ ਜੀ ਬਹੁਤ ਚੰਗਾ ਕੀਤਾ ਹੈ ਸਭ ਤੋਂ ਪਹਿਲੇ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਾਡੇ ਵਾਸਤੇ ਟਾਈਮ ਦਿੱਤਾ ਤੁਹਾਡਾ ਵੀ ਸ਼ੁਕਰੀਆ ਕਿ ਸਾਡੇ ਵਰਗੇ ਬੰਦੇ ਨੂੰ ਬੁਲਾਇਆ ਨਹੀਂ 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 ਮੈਂ ਤੇ ਹੈਰਾਨ ਹੋ ਗਿਆ ਮੈਂ ਯਕੀਨ ਕਰੋ ਮੈਂ ਬੜੀ ਢੇਰ ਤੋਂ ਮੈਂ ਇੰਟਰਵਿਊ ਕਰਨਾ ਪਿਆ ਮੈਂ ਵਜ਼ੀਰ ਆਜ਼ਮ ਦੇ ਇੰਟਰਵਿਊ ਕੀਤੇ ਪਰ ਜਿਹੜੀ ਸ਼ੋਹਰਤ ਤੁਹਾਨੂੰ ਮਿਲੀ ਹੈ ਇਹ ਪਿਛਲੇ ਮਹੀਨੇ ਡੇਢ ਮਹੀਨੇ ਦੇ ਅੰਦਰ ਮੈਂ ਤੇ ਹੈਰਾਨ ਹੋ ਗਿਆ ਤੁਸੀਂ ਆਪ ਨਹੀਂ ਹੈਰਾਨ ਹੋਏ ਮੈਂ ਖੁਦ ਹੈਰਾਨ ਹਾਂ ਮੇਰੇ ਪਰਵਰ ਦੀ ਗੱਲ ਦਾ ਮੇਰੇ ਤੇ ਕਰਮ ਹੈ ਮੈਂ ਖਿਦਮਤ-ਏ-ਖਲਕ ਕਰਨਾ ਵਾ ਲੋਕਾਂ ਦੀ ਹੈਲਪ ਕਰਨਾ ਵਾ ਰਾਵਾਂ ਜੋ ਕਚਰਾ ਚੁਕਣਾ ਆਪਣੇ ਹੱਥ ਨਾਲ ਨਾ ਰੋੜੇ ਪਾਰਾਂ ਸੁੱਟਣਾ ਵਾ ਕਿਸੇ ਬੇਵਿਵਹ ਦਾ ਮਸਲਾ ਮੈਂ ਕਬ ਮੈਂ ਕਬਜ਼ਾ ਗੁਰੂਪਾਲ ਨੇ ਮੇਰੇ ਖਿਲਾਫ ਪਰਚਾ ਵੀ ਕਰਵਾ ਦਿੱਤਾ ਮੈਂ ਕਿਸੇ ਦਾ ਕਬਜ਼ਾ ਛੁਡਾਣ ਲੱਗਾ ਤੇ ਫਿਰ ਮੈਂ ਕਿੰਨੇ ਨਵੱਲਾ ਸੱਚ ਵੀ ਲੈ ਕੇ ਆਇਆ ਅੱਛਾ ਹਾਂ ਦੋ ਵਾਰੀ ਹੋਇਆ ਮੇਰੇ ਤੇ ਪਰਚੇ ਹਲੇ ਐ ਦੱਸੋ ਕਿ ਹਲੇ ਤੱਕ ਇੰਟਰਵਿਊ ਕਿ ਨਹੀਂ ਦਿੱਤੇ ਨੇ ਮੇਰਾ 70 80 ਹੋ ਗਿਆ ਨੇ ਲੋਕੀ ਲੱਗ ਆਂਦੇ ਨੇ ਲੋਕਾਂ ਨੂੰ ਪੁੱਛਦੇ ਨੇ ਕੀ ਹੋ ਗਿਆ ਤੁਹਾਨੂੰ ਮੈਂ ਤੇ ਸਿਰਫ ਇੱਕ ਜੁਮਲਾ ਕਿਹਾ ਕਿ ਕਿਉਂ ਪਾਗਲ ਹੋ ਪਿੱਛੇ ਕਿਉਂ ਪੈ ਗਏ ਹੋ ਸਾਰੇ ਹਾਂ ਬਸ ਇਸ ਲਈ ਪਿੱਛੇ ਪੈ ਗਿਆ ਕਿ ਉਹਨਾਂ ਦਾ ਪਿਆਰ ਹੈ ਮੈਂ ਕਹਿੰਨਾ ਮੇਰੇ ਤੋਂ ਕੋਈ ਨਾ ਨਰਾਜ਼ ਹੋ ਕੇ ਨਾ ਜਾਏ ਮੈਂ ਗੰਦਲੇ ਵੇਸ਼ ਦਾ ਆਦਮੀ ਅੱਛਾ ਹਾਂ ਮੈਂ ਕਹਿਣਾ ਵਾ ਕਿ ਇਹ ਜੋ ਕੁਝ ਮਿਲਿਆ ਨਾ ਮੈਨੂੰ ਮੇਰੇ ਪਰਵਰਿਸ਼ ਦੀ ਗਾਨ ਨੇ ਇਹ عوام ਦੀ ਖਾਤਰ ਦਿੱਤਾ ਹੈ ਕਿ ਮੈਂ ਇਨਾਂ ਚ ਪਿਆਰ ਵੰਡਾਂ ਤੁਹਾਨੂੰ ਪਤਾ ਅੱਜ ਤੁਹਾਨੂੰ ਮੈਂ ਇੰਟਰਵਿਊ ਵਾਸਤੇ ਕਾਦੇ ਲਈ ਬੁਲਾਇਆ ਤੁਹਾਨੂੰ ਪਤਾ ਇਸ ਗੱਲ ਦਾ ਮੈਂ ਤੁਹਾਨੂੰ ਵਜ੍ਹਾ ਦੱਸਣਾ ਅੱਛਾ ਵਜ੍ਹਾ ਇਹ ਹੈ ਕਿ ਮੈਂ ਬਾਕੀ ਤੁਹਾਡੇ ਸਾਰੇ ਇੰਟਰਵਿਊ ਮੈਂ ਵੇਖੇ ਲੋਕੀ ਤੁਹਾਨੂੰ ਬੁਲਾਉਂਦੇ ਸਨ ਲੋਕੀ ਤੁਹਾਨੂੰ ਕਹਿੰਦੇ ਸਨ ਲੋ ਜੀ ਐਸੇ ਮੈਨੂੰ ਜ਼ਰਾ ਜੁਮਲਾ ਕਹਿ ਕੇ ਦਿਖਾ ਦਿਓ ਹਾਂ ਠੀਕ ਹੈ ਇਹ ਲਾਹੌਰ ਦਾ ਬਾਵਾ ਹਾਂ ਅਖਤਰ ਲਾਵਾ ਏ ਮੈਂ ਤੁਹਾਨੂੰ ਇਸ ਵਾਸਤੇ ਨਹੀਂ ਬੁਲਾਇਆ ਮੈਂ ਲੋਕਾਂ ਨੂੰ ਚਾਹਣਾ ਉਹਨਾਂ ਨੂੰ ਪਤਾ ਲੱਗੇ ਅਖਤਰ ਲਾਵਾ ਹੈ ਕੋ ਬੜੀ ਮੇਰ ਕਿਧਰੋਂ ਆਇਆ ਕਿ ਕਿਧਰੋਂ ਦੀ ਜੰਪਲ ਹੈ ਇੱਕ ਇੱਕ ਟਿਕਟਾਕ ਦੀ ਵਜ੍ਹਾ ਤੋਂ ਨਾ ਇਹਨਾਂ ਇਹਨਾਂ ਦੀ ਚੀਜ਼ਾਂ ਦੀ ਵਜ੍ਹਾ ਤੋਂ ਇਹੋ ਜਿਹੇ ਲੋਕ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੂੰ ਕੋਈ ਕੋਈ ਜਾਣਦਾ ਨਹੀਂ ਸੀ ਪਰ ਹੁਣ ਹਰ ਬੰਦੇ ਦੀ ਜ਼ੁਬਾਨ ਤੇ ਨਾਂ ਹੈ ਹਾਂ ਜੀ ਜੀ ਤੇ ਤੁਸੀਂ ਇਹਦੀ ਮਿਸਾਲ ਹੈ ਜੇ ਬਸ ਮੈਨੇ ਪਰਵੇਸ਼ ਦੇ ਘਰ ਮੈਂ ਆਪਣੇ ਮਾਪਿਆਂ ਨੂੰ ਅੱਜ ਕਰਵਾਇਆ ਹੈ ਅੱਛਾ 1977 ਚ ਮੈਂ ਬਹਰਾਇਨ ਗਿਆ ਹਾਂ ਹਾਂ 9082 ਜਮਾ ਅਜਾ 1977 ਚ ਅੱਛਾ ਮੇਰੇ ਜੰਮਨ ਤੋਂ ਵੀ ਪਹਿਲੇ ਦੇ ਅੱਛਾ ਉੱਥੇ ਗਿਆ ਮੈਂ ਤੇ ਐਜ਼ ਅ ਮਜ਼ਦੂਰ ਗਿਆ ਮੈਂ ਅੱਛਾ ਕੀ ਕਰਦੇ ਸੀ ਉੱਥੇ ਉੱਥੇ ਉਹਨਾਂ ਦੇ ਟੈਂਟ ਲੱਗਦੇ ਨੇ ਅੱਛਾ ਸ਼ੇਖਾਂ ਦੇ ਆਹੋ ਤੇ ਉਹਨਾਂ ਨੂੰ ਟੈਂਟ ਲਾਣਾ ਮਾਰਕੀ ਮਾਰਕੀ ਜਿਹਨੂੰ ਕਹਿੰਦੇ ਆਹ ਮਾਰਕੀ ਮਾਰਕੀ ਔਰ ਪਹਿਲੋਂ ਤੇ ਟੈਂਟ ਇਸੇ ਮਾਰਕੀ ਤੇ ਹੁਣ ਹੁਣ ਆਈ ਆਹ ਹੁਣ ਆਈ ਸਹੀ ਔਰ ਜਿਹਨੇ ਉਹਨਾਂ ਵਾਲਾਂ ਦੇ ਬਣਾਏ ਹੁੰਦੇ ਨੇ ਹਮ ਗਰਮ ਸਾਲੀਆਂ ਨੂੰ ਲਾਦੇ ਨੇ ਅਰਬ ਲੋਕ ਨਾ ਇਹ ਡੇਜ਼ਰਟ ਚ ਨਿਕਲ ਜਾਂਦੇ ਨੇ ਹਾਣ ਚ ਅੱਛਾ ਤੋਂ ਉੱਥੇ ਲਾਣੇ ਸ਼ੇਖ ਉਹ ਹੈਲਪਰ ਸੀ ਕਦੇ ਉਹ ਠੋਕਣਾ ਇਹ ਕੰਮ ਕਰਦੇ ਸੀ ਹੈਲਪਰ ਕਹਾ ਤੁਸੀਂ ਦੂਸਰੇ ਮੁਲਕ ਜਾਂਦੇ ਉੱਥੇ ਜੋ ਨਾ ਕਹਿਣਾ ਕਰਨਾ ਪੈਂਦਾ ਕਰਨਾ ਪੈਂਦਾ ਬੰਦਾ ਮਜ਼ਦੂਰ ਹ ਹ ਸਾਥ ਤੇ ਕੋਈ ਨਹੀਂ ਨਾ ਪਰਸੀ ਕਰਦਾ ਮਜ਼ਦੂਰ ਤਾਂ ਮਾਬਪ ਨੂੰ ਅੱਜ ਕਰਵਾਇਆ ਲੈ ਸੰਸ ਲਿਆ ਬਾਅਦ ਵਿੱਚ 90 85 ਚ ਮੈਨੂੰ ਇੱਕ ਦਿਨ ਮੈਂ ਗੁਜ਼ਰ ਰਿਹਾ ਸਾਂ ਤੇ ਲਿਸੈਂਸ ਮਿਲਣ ਵਾਲੀ 5 ਦਿਨ ਹੋਏ ਸਨ ਅੱਛਾ ਉੱਥੇ ਮੈਨੇਜਰ ਕਹਿੰਦਾ ਯਾਰ ਤੂੰ ਬੰਦਾ ਬੜਾ ਮਿਹਨਤੀ ਹੈ ਮੈਂ ਜਦੋਂ ਦੇਖਿਆ ਹੈ ਇੱਥੇ ਤੂੰ ਲਿਸੈਂਸ ਲੈ ਲੈ ਮੈਂ ਕਿਹਾ ਸਰ ਮੈਂ ਲੈ ਲਿਆ ਕਹਿੰਦਾ ਲੈ ਲਿਆ ਚਲ ਆ ਉੱਥੇ ਸੁਲੇਮਾਨ ਖਤਮ ਜਿਹੜਾ ਇਨਚਾਰਜ ਸੀ ਇਹ ਦਫ਼ਤਰ ਦਾ ਤੇ ਉੱਥੇ ਨਾ ਮਿਲ ਲੈ ਗਿਆ ਕਹਿੰਦਾ ਇਹ ਮੇਰਾ ਭਰਾ ਹੈ ਅੱਛਾ ਐਂ ਜੀ ਕੁਦਰਤੀ ਕਹਿੰਦਾ ਮੇਰਾ ਭਰਾ ਹੈ ਤੇ ਇਹਨੂੰ ਜੌਬ ਦਿੱਤੀ ਜਾਏ ਜਿਹੜੀ ਗੈਸੋਲ ਸਿੱਝ ਨਿਕਲੀ ਹੈ ਬ੍ਰਾਊਨ ਪ੍ਰਿੰਸ ਦੇ ਅੱਛਾ ਉਹ ਤੋਂ ਦਾ ਬਾਚਨ ਉਹਦੇ ਘਰ ਮੈਂ ਕੰਮ ਕਰਦੇ ਅੱਛਾ ਹਾਂ ਅੱਛਾ ਫਿਰ ਵਾਪਸੀ ਕਦੋਂ ਵੀ ਪਾਕਿਸਤਾਨ ਵਾਪਸੀ 2001 ਚ ਅੱਛਾ ਵਾਪਸੀ ਦੀ وجہ ਵਾਪਸੀ ਦੀ وجہ ਇਹ ਕੋਈ ਸੀ ਕਿ ਮੈਨੂੰ ਪੇਨ ਹੁੰਦੀ ਸੀ ਅੱਛਾ ਇਹ ਬਲੇ ਸ਼ਟਕਾ ਕੀ ਕੀ ਕਹਿੰਦੇ ਨੇ ਨੂੰ ਸ਼ਟਕਾ ਆ ਸ਼ਟਕਾ 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 ਉਹ ਕੰਮ ਨਹੀਂ ਸੀ ਹੁੰਦਾ ਨਾਲੇ ਮੈਂ ਕੰਮ ਉੱਥੇ ਕੰਮ ਵੱਡਾ ਹੁੰਦਾ ਸੀ 20 ਘੰਟੇ 19 ਘੰਟੇ 18 ਘੰਟੇ ਉਹਨਾਂ ਦੇ ਕੋਈ ਡਿਊਟੀ ਨਹੀਂ ਸੀ ਹੁੰਦੀ ਲੇਕਿਨ ਪੈਸਾ ਬਹੁਤ ਸੀ ਅੱਛਾ ਪੈਸਾ ਜਿੰਨਾ ਵੀ ਸੀ ਨਾ ਬਹੁਤ ਪੈਸਾ ਤੇ 2001 ਵਿੱਚ ਵਾਪਸੀ ਹੋਈ ਜੀ ਜੀ ਤੇ 2021 ਚ ਆ ਕੇ ਫਿਰ ਲਾਹੌਰ ਦਾ ਪਾਵਾਂ ਇਲੈਕਸ਼ਨ ਲੜਿਆ ਹਾਂ ਜੀ ਅੱਛਾ ਪਹਿਲਾ ਇਲੈਕਸ਼ਨ ਕਦੋਂ ਲੜਿਆ 2001 ਵਿੱਚ ਮੇਰਾ ਹਲ ਹੋਇਆ ਸੀ ਅੱਛਾ ਤੇ 2002 ਚ ਹੈ ਸੀ ਕਿਹੜੇ ਵਾਲਾ ਬਲਦੀਆਤੀ ਕਹਿ ਰਹੇ ਹੋ ਇਹ ਬਲਦੀਆਤੀ ਅੱਛਾ ਬਲਦੀਆਤੀ ਅੱਛਾ ਬਲਦੀਆਤੀ ਤੇ ਮੇਰਾ ਮੈਨੂੰ 2 ਦੋਸੀ ਯਾਰ ਕਹਿੰਦੇ ਸੋ ਇਲੈਕਸ਼ਨ ਲੜਿਆ ਤੇ ਬੋਲਣਾ ਬੜਾ ਅੱਛਾ ਹੈ ਕੌਂਸਲਰ ਦਾ ਇਲੈਕਸ਼ਨ ਲੜਿਆ ਕੌਂਸਲਰ ਇਲੈਕਸ਼ਨ ਲੜਿਆ ਮੇਰਾ ਨਿਸ਼ਾਨ ਜੱਗ ਸੀ ਜੱਗ ਜੱਗ ਅੱਛਾ ਤੇ ਅਗਲੇ ਦਾ ਨਿਸ਼ਾਨ ਸੀ ਮੰਜੀ ਅੱਛਾ ਹਾਂ ਤੇ ਉਹ ਕੀ ਹੋਇਆ ਮੁੰਡੇ ਯਾਰ ਦੋਸਤਾਂ ਨਾਲ ਸੀ ਉਥੋਂ ਗੁਜ਼ਰੇ ਨਾ ਮੰਜੀ ਵਾਲੇ ਕੋਲੋਂ ਤੇ ਕਹਿੰਦੇ ਨੇ ਟੁੱਟ ਗਈ ਮੰਜੀ ਰਹਿ ਗਿਆ ਪਾਵਾ ਅਕਸਰਲਾਵਾ ਅਕਸਰਲਾਵਾ ਉਸ ਦਿਨ ਦਾ ਨਾ ਪੈ ਗਏ ਅੱਛਾ ਪਰ ਫਿਰ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜੇ ਆਹੋ ਅੱਛਾ ਤੇ ਮੈਂ ਕਿਸੇ ਸਪੋਰਟ ਨੀਛੇਗੀ ਅੱਛਾ ਤੇ ਜਿੱਤ ਗਏ ਜਾਂ ਹਾਰ ਗਏ ਜਿੱਤ ਗਏ ਅੱਛਾ ਜਿੱਤ ਗਏ ਸਭ ਤੋਂ ਜ਼ਿਆਦਾ ਵੋਟ ਉਸ ਇਲਾਕੇ ਚ ਕੌਂਸਲਰ ਤੇ ਮੈ ਲੈਸ ਅੱਛਾ ਹਾਂ ਮੈਂ ਅਰਬੀ ਚ ਤਕਰੀਰ ਕਰਦਾ ਹਾਂ ਇੰਗਲਿਸ਼ ਵਿੱਚ ਮਾਰ ਦਿੰਦਾ ਅੱਛਾ ਲੋਕਾਂ ਨੂੰ ਬੜਾ ਪਸੰਦ ਆਉਂਦਾ ਸੀ ਤੇ ਮੈਂ ਐਵੇਂ ਮੈਂ ਪੰਜਾਬੀ ਬੈਕ ਇੰਟਰਵਿਊ ਕਰਨਾ ਪਿਆ ਮੈਂ ਅੰਗਰੇਜ਼ੀ ਵੀ ਕਰਦਾ ਤਾਂ ਨਹੀਂ ਨਹੀਂ ਅੰਗਰੇਜ਼ੀ ਉਹ ਨਹੀਂ ਆਉਂਦੀ ਅੱਛਾ ਤੁਹਾਡੇ ਜੀ ਨਹੀਂ ਨਹੀਂ ਆਉਂਦੀ ਅੱਛਾ ਨਹੀਂ ਨਹੀਂ ਫਿਰ ਵੀ ਪਤਾ ਹੈ ਤੁਹਾਡਾ ਪਿਆਰ ਹੈ ਅੱਛਾ ਉਹਦੇ ਨਾਲ ਕੀ ਫਰਕ ਪੈਂਦਾ ਹੈ ਬੋਲੀ ਜਿਹੜੀ ਮਰਜ਼ੀ ਹੋਏ ਪਿਆਰ ਜਿਹੜੀ ਜਿਹੜੀ ਇੱਕ ਖੁਸ਼ੀ ਦੀ ਮੁਹੱਬਤ ਦੀ ਜ਼ੁਬਾਨ ਹੈ ਨਾ ਉਹ ਸਾਰੀਆਂ ਜ਼ੁਬਾਨਾਂ ਤੋਂ ਉੱਤੇ ਹੀ ਜੀ ਇਹ ਤੁਸੀਂ ਮੰਨੋ ਹਾਂ ਇਹ ਫਿਰ ਪਹਿਲਾ ਇਲੈਕਸ਼ਨ ਫਿਰ ਤੁਸੀਂ ਲੜਿਆ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਲੋਕਾਂ ਦੀ ਖਿਦਮਤ ਕਰਨੀ ਸ਼ੁਰੂ ਕਰ ਦਿੱਤੀ। ਜੋ ਕਿ ਬਾਅਦ ਇਹ ਹੈ ਕਿ ਇਮਾਨਦਾਰੀ ਕਾਨੂੰਨ ਆਪਣੇ ਤੋਂ ਸ਼ੁਰੂ ਹੁੰਦਾ ਹੈ। ਠੀਕ ਹੈ। ਪਾਕਿਸਤਾਨ ਵਿੱਚ ਕਾਨੂੰਨ ਹੁੰਦਾ ਦੂਸਰੇ ਤੋਂ ਸ਼ੁਰੂ। ਹਾਂ। ਮੈਂ ਚੋਰ ਚੱਕਾਵਾਂ ਨਾ ਤੇ ਮੈਂ ਆਪਣੇ ਲਈ ਨਹੀਂ ਬੀਂਦਾ। ਮੈਂ ਦੂਸਰੇ ਲਈ। ਉਹਨੂੰ ਫੜ ਲਓ। ਉਹਨੂੰ ਫੜ ਲਓ ਇਹ ਕੁਝ। ਮੈਂ ਉਸ ਤੋਂ ਵੀ ਵੱਡਾ ਚੋਰ ਚੱਕਾ ਹਾਂ। ਹਾਂ। ਅੱਛਾ ਲੋਕਾਂ ਨੇ ਨਾ ਇਹ ਪਰਚੀ ਤੇ ਪੈਸੇ ਲੈਨੇ ਹਨ ਜਮਨ ਪਰਚੀ ਨਹੀਂ ਜਿਹਨੂੰ ਕਹਿੰਦੇ ਬਰਥ ਬਰਥ ਸਰਟੀਫਿਕੇਟ। ਬਰਥ ਸਰਟੀਫਿਕੇਟ। ਅੱਛਾ ਸਾਰਾ ਇਹ ਪਦਾਈ ਸ਼ੀ ਪਦਾਇਸ਼ ਦਾ ਸਰਟੀਫਿਕੇਟ। ਤੇ ਇਹ ਸਾਰੇ ਕੰਮ ਮੈਂ ਕਰਨ ਲਿਆ ਪਿਆ ਮੈਨੂੰ ਜਨੂਨ ਸੀ ਕਿ ਗਰੀਬ ਦੀ ਮਦਦ ਕਰਨੀ ਹੈ ਸੁਰੂਤ ਉੱਥੇ ਵੀ ਮੈਂ ਰਾਤ ਨੂੰ ਨਾ ਸ਼ੇਖ ਦਾ ਖਾਣਾ ਨਾ ਮੈਨੂੰ ਇਜਾਜ਼ਤ ਸੀ ਕਿ ਮੈਂ 30 35 ਬੰਦਿਆਂ ਨੂੰ ਰਾਤ ਨੂੰ ਖਾਣਾ ਦੇ ਕੇ ਸੌਂਦਾ ਸਾਂ ਮਾਸ਼ਾਅੱਲ ਪਰਦੇਸ ਵਿੱਚ ਮੇਰਾ ਅੱਲਾ ਗਵਾਹ ਅੱਛਾ ਹਾਂ ਮੇਰੀ ਫੈਮਲੀ ਵੀ ਉੱਥੇ ਸੀ ਫੈਮਲੀ ਤੇ ਘਰ ਦੂਸਰਾ ਕੱਚਾ ਖਾਣਾ ਲੈ ਕੇ ਜਾਣਾ ਤਾਂ ਪਕਾਉਂਦੀ ਸੀ ਹਾਂ ਤੇ ਸ਼ੇਰ ਦਾ ਖਾਣਾ ਨਾ ਉਹਨਾਂ ਦਾ ਸ਼ਹੀ ਖਾਤਾ ਹੁੰਦਾ 20 ਗੂਜ਼ੀ ਬਕਰੇ ਹੁੰਦੇ ਨੇ ਇਹ ਜ਼ਾਫਰਾਨ ਲਾ ਕੇ ਤੇ ਉਮਨ ਦੇ ਵਿੱਚ ਤਿਆਰ ਉਹ ਹੀ ਚੁੱਕੇ ਤੇ ਡਾਕ ਦੇ ਦਿੱਤੇ ਚਾਲ ਜਜ਼ੀਰਾ ਚ ਨਾ ਉਹ ਸੁਪਰਮਾਰਕੀਟ ਹੈ ਉੱਥੇ ਅਰਬੀ ਕੁੜੀਆਂ ਕੈਸ਼ੀਅਰ ਸੀ ਤੇ ਹਰ ਇੱਕ ਕੋਈ ਪਿਆਰ ਉਹ ਨਹੀਂ ਹੁੰਦਾ ਕੋਈ ਭੈਣ ਭਰਾ ਦਾ ਵੀ ਪਿਆਰ ਹੁੰਦਾ ਹੈ ਕੋਈ ਉੰਜ ਵੀ ਚਾਨਣ ਵਾਲੇ ਹੁੰਦੇ ਆ ਤੇ ਮੈਨੂੰ ਕਹਿੰਦੇ ਤੂੰ ਸਾਨੂੰ ਅੱਛਾ ਬਣਨ ਲੱਗਣਾ ਤੇ ਭੈਣ ਭਰਾਵਾਂ ਵਾਲਾ ਤੇ ਮੈਂ ਉਹਨਾਂ ਨੂੰ ਵੀ ਖਜੂਰਾਂ ਦੇਣੀ ਆ ਸ਼ਹਿਰ ਨੂੰ ਗਿਫਟਾਂ ਦੇ ਸ਼ਹਿਰ ਮੇਰਾ ਬੜਾ ਹੀ ਪਿਆਰ ਇਸ ਲੋਕਾਂ ਨਾਲ ਉਹ ਤੋਂ ਅੰਦਰ ਜਿਹੜਾ ਮਾਲਕ ਸੀ ਨਾ हसन ਕਹਿੰਦਾ ਸੀ ਮੈਂ ਨਹੀਂ ਕਦੀ ਕੋਦਾ ਪਾਕਿਸਤਾਨੀ ਵੇਖਿਆ ਜਿਸ ਤਰ੍ਹਾਂ ਦੀ ਤੇਲੀ ਜ਼ੁਬਾਨ ਹੈ ਵਾਹ ਹਾਂ ਅੱਛਾ ਫਿਰ ਤੁਸੀਂ ਇਹ ਪਹਿਲਾ ਇਲੈਕਸ਼ਨ ਲੜਿਆ ਉਸ ਤੋਂ ਬਾਅਦ ਦੂਜਾ ਫਿਰ ਕਿੰਨੇ ਤਿੰਨ ਇਲੈਕਸ਼ਨ ਲੜੇ ਨੇ ਤੁਸੀਂ ਦੂਜਾ ਇੱਕ ਦੋ ਫਿਰ ਲੜਿਆ ਪਤਾ ਨਹੀਂ ਮੈਂ 7 ਕੇ 8 ਚ ਆਇਆ ਸੀ ਅੱਛਾ ਉਹ ਵੀ ਜਿੱਤ ਲਿਆ ਉਹ ਵੀ ਜਿੱਤਿਆ ਹਾਂ ਫਿਰ 14 ਚ ਆਇਆ ਪਰ ਤੁਸੀਂ ਹਮੇਸ਼ਾ ਆਜ਼ਾਦ ਉਮੀਦਵਾਰ ਹੀ ਖੜੇ ਨੇ ਨਹੀਂ ਨਹੀਂ ਅੱਛਾ ਦੋ ਵਾਰੀ ਆਜ਼ਾਦ ਰਿਆ ਪਹਿਲੀ ਦੋ ਵਾਰੀ ਆ ਦੋ ਵਾਰੀ ਆਜ਼ਾਦ ਤੇ ਤੀਸਰੀ ਵਾਰੀ ਸ਼ੇਰ ਵੱਲੋਂ ਲੜਿਆ ਤੇ ਫਿਰ ਉਹ ਹਾਰ ਗਿਆ ਜਾਂ ਜਿੱਤ ਗਿਆ ਨਹੀਂ ਜਿੱਤ ਗਿਆ ਉਹ ਵੀ ਜਿੱਤ ਗਿਆ ਤਿੰਨ ਇਲੈਕਸ਼ਨ ਜਿੱਤੇ ਤੁਸੀਂ ਜਿੱਤ ਤੇ ਨਹੀਂ ਜਿੱਤ ਗਿਆ ਅੱਛਾ ਤੇ ਹਲੇ ਵੀ ਤੁਸੀਂ ਸ਼ੇਰ ਦੇ ਨਾਲ ਹੀ ਜਾਂ ਹੁਣ ਖਾਨ ਸਾਹਿਬ ਦੇ ਨਾਲ ਨਹੀਂ ਨਹੀਂ ਮੈਂ ਏ ਗਾਜ ਸ਼ੇਰ ਦੇ ਨਾਲ ਲੇਕਿਨ ਜਿਹੜਾ ਪਾਕਿਸਤਾਨ ਲਈ ਬਿਹਤਰ ਕੰਮ ਕਰੇਗਾ ਨਾ ਉਹਦੇ ਨਾਲ ਨਾ ਮੈਂ ਕਿਸੇ ਦੇ ਖਰੀਦੇ ਹੋਏ ਗੁਲਾਮ ਨਹੀਂ ਆ ਠੀਕ ਹੈ ਜਿਹੜਾ ਪਾਕਿਸਤਾਨ ਲਈ ਬਿਹਤਰੀ ਕਰੇਗਾ ਨਾ ਮੈਂ ਉਹਨੂੰ ਵੋਟ ਦਵਾਂਗਾ ਮੇਰੀ ਫੈਮਿਲੀ ਦੇ ਬੜੇ ਵੋਟ ਨੇ ਮੇਰੇ ਨਾਨਕੇ ਵੀ ਉੱਥੇ ਨੇ ਅੱਛਾ ਮੇਰੇ ਦਾਦਕੇ ਵੀ ਉੱਥੇ ਨੇ ਅੱਛਾ ਹਾਂ ਕਿਹੜਾ ਇਲਾਕਾ ਤੁਹਾਡਾ ਲਾਹੌਰ ਦਾ ਕਿਹੜਾ ਇਲਾਕਾ ਇਲਾਕਾ ਜੀ ਨਿਆਜ਼ੀ ਅੱਡੇ ਦੇ ਨਾਲ ਦੀ ਵਾਰ ਹੈ ਨਾ ਸकाईਵੇ ਦੀ ਹਾਂਜੀ ਉੱਥੋਂ ਲੈ ਕੇ ਬਾਬੂ ਸਾਹਿਬ ਚੌਕ ਤੱਕ ਅੱਛਾ ਉਸਾ ਤੁਹਾਡਾ ਮਤਲਬ ਸ਼ੁਰੂ ਤੋਂ ਹੀ ਉੱਥੇ ਹੀ ਸ਼ੁਰੂ ਤੋਂ ਹੀ ਅਸੀਂ ਉੱਥੇ ਰਹਿ ਰਹੇ ਹਾਂ ਤੇ ਇਹ ਜਿਹੜਾ ਇਹ ਲਵਜ਼ ਹੈ ਅਖਤਰ ਲਾਵਾ ਜੀ ਇਹ ਲਾਵਾ ਜਿਹੜਾ ਉਹ ਤੁਹਾਡੀ ਫੈਮਲੀ ਦਾ ਨਾਮ ਹੈ ਫੈਮਲੀ ਨਾਮ ਨਿਕਨੇਮ ਹੈ ਸਾਨੂੰ ਰਾਈਆਂ ਦੀ ਹੱਲ ਪੈ ਜਾਂਦੀ ਹੈ ਜਿਹੜਾ ਕੋਈ ਚੰਨ ਚੜਾਇਆ ਹੁੰਦਾ ਹੈ ਨਾ ਉਹਦੀ ਹੱਲ ਪੈ ਜਾਂਦੀ ਹੈ ਤਾਲੀਆਂ ਇਸ ਗੱਲ ਤੇ ਇਹ ਤਾਲੀਆਂ ਅੱਛਾ ਤੇ ਸ਼ੁਰੂ ਤੋਂ ਹੀ ਮਤਲਬ ਤੁਸੀਂ ਇੱਕ ਅਖਤਰ ਲਾਵਾ ਦੇ ਨਾਮ ਤੋਂ ਹੈ ਅੱਜ ਸਾਡੀ ਜ਼ਮੀਨ ਵੀ ਉੱਥੇ ਹੀ ਹੈ ਅੱਛਾ ਦਰਿਆ ਦੇ ਉੱਤੇ ਰਵੀ ਨਾਲੋਂ ਗੁਜ਼ਰਦਾ ਹੈ ਨਾ ਤੇ ਉੱਥੇ ਜ਼ਮੀਨ ਹੈ ਨਾਨਕੀ ਵੀ ਉੱਥੇ ਵੀ ਹੈ ਤੇ ਸਾਂਦੇ ਦੇ ਸਾਹਮਣੇ ਸਾਡੀ ਦਾਦ ਕੀ ਹੈ ਅੱਛਾ ਅਸੀਂ ਨਹੀਂ ਇੱਧਰ ਉੱਧਰ ਜਦੋਂ ਦੇ ਅਸੀਂ ਮਲਤਾਨੋਂ ਕਿਸੇ ਵਕਤ ਚਾਹੇ ਹਨਾ ਉਹ ਉਦੋਂ ਦੇ ਅਸੀਂ ਇੱਥੇ ਤੇ ਇਹ ਜਿਹੜਾ ਇਹ ਜਿਹੜਾ ਜੁਮਲਾ ਸੀ ਲਾਹੌਰ ਦਾ ਪਾਵਾ ਇੱਕੋ ਹੀ ਪਾਵਾ ਅਕਤਰਲਾ ਅਕਤਰਲਾ ਇਹ ਐਕਸਟਰਾ ਇਹ ਇਸ ਤਰੀਕੇ ਨਾਲ ਆਇਆ ਕਿ ਮੈਂ ਤੁਹਾਨੂੰ ਕਿਹਾ ਇਲੈਕਸ਼ਨ ਲੜਿਆ ਨਾ ਤਾਂ ਬੱਚਿਆਂ ਨੇ ਕਹਿ ਦਿੱਤਾ ਟੁੱਟ ਗਈ ਮੰਜੀ ਰਹਿ ਗਿਆ ਪਾਵਾ ਕਿਉਂਕਿ ਮਹਾਲਤ ਦੀ ਮੰਜੀ ਸੀ ਉਹ ਤੋੜਦੀ ਸੀ ਮੈਂ ਤੋੜਦੀ ਹਾਂ ਤੇ ਪਾਵਾ ਰਹਿ ਗਿਆ ਤੇ ਵੱਡਿਆਂ ਨੇ ਕਿਹਾ ਯਾਰ ਜਿਹੜਾ ਤੇਰਾ ਐਕਸ਼ਨ ਹੈ ਨਾ ਤਕਰੀਰ ਕਰਨ ਦਾ ਤੂੰ ਲਾਹੌਰ ਦਾ ਪਾਵਾ ਹੀ ਅੱਛਾ ਨਹੀਂ ਤਾਂ ਉਸ ਤੋਂ ਬਾਅਦ ਐ ਟਿਕ ਟਾਕ ਤੇ ਤੁਸੀਂ ਪਾਇਆ ਜਿਹੜਾ ਜੁਪਲਾ ਸੀ ਆਹੋ ਟਿਕ ਟਾਕ ਤੇ ਹੰਸੂ ਨੂੰ ਕੀਤੀ ਐ ਮੈਂ ਅੱਛਾ ਉਹ ਉਹੋ ਤੇ ਨਹੀਂ ਸ਼ੁਰੂ ਕੀਤੇ ਮੇਰਾ ਦੋਸਤ ਨੇ ਅਸੀਂ ਮਰੀ ਗਿਆ ਸਾ ਤੇ ਮਜ਼ਾਕਿਆ ਤੋਤੇ ਨਾ ਮੈਂ ਬੇਟੀਆਂ ਲਈ ਦੁਪੱਟੇ ਗਿਫਟ ਲੈ ਹੈ ਤੇ ਮੈਂ ਇੰਜ ਕਰਕੇ ਨਾ ਤੇ ਐਵੇਂ ਨਾ ਇੰਜ ਕੀਤਾ ਤੇ ਉਹਨੇ ਲਾ ਲਈ ਕਿਦਾ ਯਾਰ ਤੂੰ ਬੜਾ ਉਹਨੇ ਆਪਣੀ ਟਿਕਟੋਕ ਤੇ ਚਲਾਈ ਤੋਂ ਬਹਾ ਲੈਕ ਆ ਗਿਆ اچھا ਤੇ ਕਹਿੰਦਾ ਯਾਰ ਤੂੰ ਬਣ ਸਕਦਾ ਮੈਂ ਕਿਹਾ ਰਹਿਮਤ ਖਾਨ ਯਾਰ ਮੈਂ ਨਹੀਂ ਬਣ ਸਕਦਾ ਕਹਿੰਦਾ ਯਾਰ ਮੈਂ ਤੈਨੂੰ ਦੱਸਣਾ ਤੁਸੀਂ ਤੇ ਇੱਥੇ ਜਿੰਨੀ ਸਪੀਚ ਕਰਨੈ ਨਾ ਅੱਗੋਂ ਤੋਂ ਇੱਕ ਇੱਕ ਐਕਸ਼ਨ ਕਰਨਾ ਹੈ ਤੈਨੂੰ ਸਭ ਕੁਝ ਆਂਦਾ ਹੈ ਤੂੰ ਮੁxtਲਫ ਜ਼ਮਾਨਾ ਵੀ ਬੋਲ ਲੈਣਾ ਤੈਨੂੰ ਡਾਇਲਗ ਬਾਜ਼ੀ ਵੀ ਆਂਦੀ ਹੈ ਕਿ ਨਿੱਤ ਖੈਰ ਮੰਗਾ ਸੋਣਿਓ ਮੈਂ ਤੁਹਾਡੀ ਦੁਆ ਨਾ ਮੈਂ ਕੋਈ ਹੋਰ ਮੰਗਦਾ ਹੈ ਅੱਗੇ ਕਹਿ ਕੇ ਤੇ ਤੂੰ ਡਾਇਲਗ ਵੀ ਬੋਲਣਾ ਲਾਹੌਰ ਦਾ ਪਾਵਾ ਅਕਸਰ ਲਾਵਾ ਠੀਕ ਹੈ ਅੱਛਾ ਤੇ ਇਸ ਤਰ੍ਹਾਂ ਫਿਰ ਤੁਸੀਂ ਹੁਣ ਹੁਣ ਤੁਸੀਂ ਟਿਕਟੌਕ ਤੇ ਵੀ ਆ ਗਏ ਹੋ ਟਿਕਟੌਕ ਤੇ ਵੀ ਆ ਗਿਆ ਅੱਛਾ ਤਾਂ ਉੱਥੇ ਵੀ ਕਿੰਨੇ ਹੋ ਗਏ ਨੇ ਫਾਲੋਅਰ ਤੁਹਾਡੇ ਪਹਿਲੋ ਬਲਾਕ ਹੋ ਇਸੇ ਇੱਕ ਅੱਛਾ ਤੇ ਪਤਾ ਨਹੀਂ ਨਾ ਉਹਨਾਂ ਜਜ਼ਬਾਤ ਵਿੱਚ ਮਜਬੂਤ ਨਹੀਂ ਸਮਝ ਆਈ ਕਿ ਕੀ ਕਰਨਾ ਕਿਸ ਤਰ੍ਹਾਂ اچھا ਫਿਰ ਉਹਨਾਂ ਉਹ ਕਿਨੇ ਹੋ ਗਏ ਨੇ ਫਾਲੋਅਰ ਉਹਨਾਂ ਮੇਰੇ ਅਸ ਤੇ 1 1005 ਹੋ ਗਏ ਨੇ اچھا ਮਤਲਬ ਹਾਲੇ ਨੇ ਤੁਸੀਂ ਸ਼ੁਰੂ ਹੀ ਕੀਤਾ ਹੈ ਉਹਨਾਂ ਕੀ ਤਿੰਨ ਮਹੀਨਾ ਹੋਇਆ ਤੇ ਇਹ ਕੰਮ ਪੈ ਗਿਆ ਇਹ ਕੰਮ ਪੈ ਗਿਆ اچھا ਤੇ ਤੁਹਾਡੇ ਮਤਲਬ ਲੋਕਾਂ ਦੇ ਇੰਟਰਵਿਊ ਵਗੈਰਾ ਜਿਹੜੇ ਨੇ ਉਹ ਤੁਸੀਂ ਪੈਸੇ ਉਹ ਵੀ ਲੈਂਦੇ ਉਹਨਾਂ ਕੋਲ ਇੰਟਰਵਿਊ ਨਹੀਂ ਮੈਨ ਮੇਰੇ ਕੋਲ ਤੇ ਨਹੀਂ ਲੈਂਦਾ ਮੈਂ ਤੇ ਨਹੀਂ ਮੇਰੇ ਕੋਲ ਸੁਣਨਾ ਸਰ ਪਤਾ ਕੀ ਗੱਲ ਹੈ ਮੈਂ ਜ਼ਿੰਦਗੀ guzari ਇਹ ਸਾਫ਼ ਸੁੱਤਲੀ ਪ੍ਰਿੰਸ ਦੇ ਨਾਲ ਕਹਿੰਦੇ ਨੇ ਖਰਬੂਜ਼ਾ ਖਰਬੂਜ਼ਿਆਂ ਨੂੰ ਵੇਖ ਕੇ ਰੰਗ ਫੜ ਲੈਂਦਾ ਠੀਕ ਮੇਰੇ 'ਚ ਬੇਈਮਾਨੀ ਨਹੀਂ ਹੈ ਸਾਫ਼ ਦਿਲ ਦਾ ਆਦਮੀ ਆ ਮੇਰੇ ਲਾਗੇ ਤੋਂ ਪੁੱਛ ਲੋ ਜਾ ਕੇ ਕਿਸੇ ਕੋਲੋਂ ਪੁੱਛ ਲੋ ਜਾ ਕੇ ਮੈਂ ਜੋ ਖਰੀ ਗੱਲ ਕਰਨਾ ਮੈਂ ਕਸਮ ਖਾ ਕੇ ਕਹਿੰਦਾ ਮੈਂ ਆਪਣੇ ਪਰਵਰ ਦੀ ਗਾਰਦੀ ਮੈਂ ਕੋਲੋਂ ਪੈਸੇ ਲਾਏ ਨੇ ਅੱਛਾ ਮੇਰੀ ਬੀਬੀ ਕਹਿੰਦੀ ਤੂੰ ਤੇ ਘਰ ਵੀ ਭੇਜ ਦੇਂਗਾ ਹਾਂ ਜੇ ਜੇ ਬੁੱਢੀ ਨਾਰਾਜ਼ ਹੋ ਗਈ ਨਾ ਤੇ ਪਵਾ ਪਵਾ ਕੁਛ ਨਹੀਂ 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 ਪਹਿਲੋਂ ਨਰਾਜ਼ ਹੁੰਨ ਐਪੀਏ ਹੁਣ ਐਪੀਏ ਆਪੀ ਉਹ ਵੇਖਦੀ ਘਰ ਵਾਲੇ ਵੇਖਦੇ ਹੁਣ ਤੁਸੀਂ ਇੰਟਰਵਿਊ ਦਿੱਤੇ ਨੇ ਕੁਛ ਤੇ ਹੁੰਦੇ ਹੋਣਗੇ ਲੋਕੀ ਉਹਨੂੰ ਕਹਿੰਦੇ ਨੇ ਲੋਕੀ ਅੱਜ ਅੱਜ ਹੀ ਮਾਰਨਿੰਗ ਦੀ ਗੱਲ ਏ ਮੈਨੂੰ ਮੇਰੀ ਬੀਵੀ ਕੀ ਕਹਿੰਦੀ ਮੈਂ ਕਿਹਾ ਮੈਂ ਕੱਪੜੇ ਇਸਤਰੀ ਕਰਦੇ ਤੇ ਬੜੇ ਇੰਟਰਵਿਊ ਨੇ ਤੇ ਜਾਣਾ ਦੋ ਤਿੰਨ ਜਗ੍ਹਾ ਤੇ ਅੱਛਾ ਸਕੇਨ ਦੇ ਗਲੀ ਜਿੱਤੇ ਬੜਾ ਸ਼ੋਰ ਪਚਾਇਆ ਹੁਣ ਤੇ ਰੱਜ ਗਏ ਜੇ ਪੈਸੇ ਆ ਗਏ ਨੇ ਦੁੱਧ ਵਾਲੀ ਨੇ ਵੀ ਪੈਸੇ ਵਧਾ ਦਿੱਤੇ ਅੱਛਾ ਸਾਰਿਆਂ ਨੇ ਪੈਸੇ ਵਧਾ ਦਿੱਤੇ ਹੁਣ ਤੇ ਤੁਹਾਨੂੰ ਬਾਹਰ ਦੀ ਕਮਾਈ ਆ ਰਹੀ ਟਿਕਟੌਕ ਦੀ ਤੇ ਅਮਾਨੀ ਗੁਰਾਨੀ ਹਾਲੀ ਤੱਕ ਤਿੰਨੀ ਲਈ ਕਿਸੇ ਚੈਨਲ ਵਾਲੇ ਕੋ ਤੇ ਰੁਪਈਆ ਨਹੀਂ ਲਿਆ ਪਰ ਪੈਸੇ ਕਮਾਏ ਨੇ ਕਿ ਨਹੀਂ ਜਦੋਂ ਤੋਂ ਆਇਆ ਵਾਇਰਲ ਹੋਇਆ ਨਹੀਂ ਕੁਛ ਵੀ ਨਹੀਂ ਕੁਛ ਤੇ ਕਮਾਇਆ ਹੋਣਾ ਮੈਂ ਕਹਿਣਾ ਮੈਂ ਨਾਲ ਹਲਫ ਦੇਣਾ ਵਾ ਆਪਣੇ ਪਰਵਤ ਦੀ ਘਾਰ ਦਾ ਕਿਉਂਕਿ ਕਸਮ ਅੱਲਾਹ ਤੋਂ ਸਵਾ ਕੁਛ ਨਹੀਂ ਹੁੰਦੀ ਕੋਈ ਇਸ਼ਤਿਹਾਰ ਕੋਈ ਇੰਟਰਵਿਊ ਕੋਈ ਕਿਸੇ ਚੀਜ਼ ਦੇ ਕਰ ਰਹੇ ਆ ਉਹ ਜਾਏਗਾ ਹੋ ਜਾਏਗਾ ਉਹ ਜਾਏਗਾ ਲੇਕਿਨ ਅੱਜ ਤੱਕ ਪੈਸੇ ਨਹੀਂ ਲੈ ਕਿਸੇ ਕੋ ਦੋਧਾ ਲੈਨੇ ਪੈਸੇ ਵਧਾਤੇ ਹਾਂ ਉਹਨੇ ਕਿਹਾ ਜੀ ਤੁਸੀਂ ਦੇ ਔਰਤਾਂ ਦੀ ਗੱਲ ਹੈ ਨਾ ਹਾਂ ਉਨੇ ਹੋ ਜੋ ਉਨ ਜਿਮ ਗਈ ਹੋ ਗਈ ਹੋਣੀ ਐ ਇਸ ਵਜ੍ਹਾ ਤੋਂ ਨਹੀਂ ਕਿ ਤੁਸੀਂ ਮਸ਼ਹੂਰ ਹੋ ਗਏ ਐ ਨਹੀਂ ਨਹੀਂ ਮੈਂ ਤੁਹਾਨੂੰ ਕਹਿਣ ਲਿਆ ਨਾ ਲੋਕੀ ਕਹਿੰਦੇ ਨੇ ਹੁਣ ਤੇ ਤੁਹਾਨੂੰ ਪੈਸੇ ਆਂਡੇ ਪੈਣੇ ਹੁਣ ਤੇ ਤੁਹਾਡੀ ਚਾਲਾਂ ਹੀ ਬਦਲੀ ਹੋ ਗਈ ਐ ਨੀ ਨੋ ਐ ਅਕਸਰ ਲਾਉਣ ਨੂੰ ਕੋਈ ਚੁੱਕ ਕੇ ਲੈ ਜਾਏ ਐ ਦੇਖੋ ਪੈਸੇ ਬੜੇ ਆ ਗਏ ਹਾਂ ਹੋਏ ਹਾਂ ਜੀ ਆਏ ਕੋਈ ਨਹੀਂ ਆਏ ਕੋਈ ਨਹੀਂ ਆਏ ਲੈ ਕੋਈ ਨਹੀਂ ਤੁਸੀਂ ਭਾਈਓ ਸਰ ਕੋਈ ਵੀ ਚੈਨਲ ਵਾਲਾ ਗਿਆ ਸਾਰੇ ਚੈਨਲ ਵਾਲੇ ਗਏ ਨੇ ਹਮ ਬਿਸਕਟ ਜੀ ਨੂੰ ਨਾਸ਼ਤਾ ਚਾਹੀਦਾ ਚਾਹ ਇਹ ਮੇਰਾ ਇੱਕ ਅਰਬੀ ਸਟਾਈਲ ਹੈ ਹਾਂ ਕਿ ਐਸੀ ਲਾਜ਼ਮ ਖਵਾਣਿਆ ਲੇਡੀਜ਼ ਵੀ ਗਈਆਂ ਨੇ ਐਂਕਰਾਂ ਮੈਂ ਉਹਨਾਂ ਨੂੰ ਬੇਟੀ ਕਿਹਾ ਕੋਈ ਹੋਰ ਲਫ਼ਜ਼ ਨਹੀਂ ਇਸਤੇਮਾਲ ਕੀਤਾ ਮੈਂ ਕਿ ਮੇਰੀਆਂ ਬੇਟੀਆਂ ਜੀ ਮਾਸ਼ਾਅੱਲ੍ਲਾ ਤੁਹਾਡੀ ਉਸ ਤਰ੍ਹਾਂ ਵੀ ਬੇਟੀਆਂ ਹੀ ਨੇ ਮੇਰੇ ਚਾਰ ਬੇਟੀਆਂ ਨੇ ਚਾਰ ਬੇਟੀਆਂ ਨੇ ਮਾਸ਼ਾਅੱਲ੍ਲਾ ਇੱਕ ਬੇਟਾ ਇੱਕ ਬੇਟਾ ਦੋ ਦੀ ਸ਼ਾਦੀ ਕਰ ਦਿੱਤੀ ਹੈ ਬੈਰੀਆ ਟੌਰ ਅੱਛਾ ਉਹਨਾਂ ਦਾ ਹਿੱਸਾ ਉਹਨਾਂ ਨੂੰ ਦੇ ਦਿੱਤਾ ਅੱਛਾ ਕਿਉਂ ਐਨੀ ਜਲਦੀ ਮੈਂ ਅਗਰ ਮਰ ਗਿਆ ਤੇ ਬਾਅਦ ਹੀ ਰੋ ਲੈਣਾ ਪੈਣਾ ਅੱਲਾਹ ਤੁਹਾਨੂੰ ਲੰਬੀ ਉਮਰ ਦੇ ਤੁਸੀਂ ਤਾਂ ਖੁਸ਼ੀਆਂ ਬਖੇਰਨ ਵਾਲੇ ਬੰਦੇ ਹੋ ਕਿਉਂ ਜੀ ਗੱਲ ਕਰਦੇ ਨਹੀਂ ਨਹੀਂ ਉਹਨਾਂ ਇਹ ਮਤਲਬ ਹੈ ਨਾ ਖੁਸ਼ੀਆਂ ਬਖੇਰਾਂ ਤੇ ਆਖਰ ਤੇ ਮੈਂ ਲਾਂਟਾ ਲੈ ਕੇ ਚਲਾਈ ਆ ਹੈ ਤੇ ਮੈਂ ਉਹਨਾਂ ਨੂੰ ਹਿੱਸਾ ਦੇ ਦਿੱਤਾ ਮੈਂ ਕਿਹਾ ਬੇਟੀਓ ਇਹ ਤੁਹਾਡਾ ਹਿੱਸਾ ਹੈ ਹਿਸਾਬ ਕਰ ਲਓ ਜਾਇਦਾਦ ਦਾ ਉਹਨਾਂ ਨੂੰ ਪੰਜ ਮੱਲੇ ਦਾ ਬੈਰੀਆ ਟੌਣ ਚ ਘਰ ਬਣਾ ਦਿੱਤਾ ਡਬਲ ਸਟੋਰੀ ਅਰੇ ਵਾਹ ਮੈਂ ਕਿਹਾ ਤੁਸੀਂ ਇਹਦਾ ਖਰਾ ਅੱਛਾ ਕਿਰਾਇਆ ਕਹੋ ਅੱਛਾ ਤੇ ਪੁੱਤਰ ਕੀ ਕਰਦਾ ਪੁੱਤਰਾ ਲਈ ਛੋਟੇ 10 ਸਾਲ ਦੇ 10 ਸਾਲ ਦੇ 10 ਸਾਲ ਦੇ ਬਸ ਤੁਸੀਂ ਕਿਹੜੀ ਉਮਰ ਵਿੱਚ ਵਿਆਹ ਕੀਤਾ ਪਹਿਲੀ ਫੌਤ ਜੋ ਹੋ ਗਈ ਉਹ ਇਹਨਾਂ ਲੈ ਬਣ ਅੱਛਾ ਇਹ ਦੂਸਰੀ ਜੋ ਹੈ ਅੱਛਾ ਮਾਸ਼ਾਅੱਲਾ ਦੋ ਸ਼ਾਦੀਆਂ ਸਨ ਪਹਿਲੀ ਜੋ ਦੋ ਬੇਟੀਆਂ ਸਨ ਅੱਛਾ ਉਹ ਵਿਆਹ ਕਿਤੇ ਨੇ ਵਿਆਹ ਕਰ ਦਿੱਤੇ ਨੇ 7-8 ਸਾਲ ਪਹਿਲੇ ਠੀਕ ਠੀਕ ਅچھے ਤਰੀਕੇ ਨਾਲ ਵਿਆਹ ਕੀਤੇ ਨੇ ਸੁਨਨਤ ਰਸੂਲ ਪੂਰੀ ਕੀਤੀ ਹੈ ਮਾਸ਼ਾਅੱਲਾ ਕੁਰਾਨ ਪਾਕ ਪੜਾਇਆ ਹੈ ਮਾਸ਼ਾਅੱਲਾ ਕਾਲਜ ਪੜਾਇਆ ਹੈ ਅੱਛਾ ਜੋ ਵੀ ਦਰس ਹੁੰਦਾ ਦੇ ਕੇ ਜੋ نبی پاک ਦੀ ਸਿੱਖਿਆਵਾਂ ਕੀਤਾ ਮੈਂ ਹਾਂ ਔਰ ਤੁਹਾਨੂੰ ਇੱਕ ਪੱਲਾ ਕਿਉਂ ਮੈਂ ਅਜਜ਼ ਇਨਸਾਨ ਹਾਂ ਜੀ ਮੈਨੂੰ ਰਸੂਲ پاک ਦੀ ਜ਼ਿਆਰਤ ਹੋਈ ਆਹਾ ਆਹਾ ਅੱਛਾ ਹਾਂ ਔਰ ਮਿਲੇ ਵੀ ਬਹਰੀਨ ਜੀ ਨੇ ਮਾਸ਼ਾਅੱਲਾ ਮਾਸ਼ਾਅੱਲਾ ਇੱਥੇ ਨਹੀਂ ਮਿਲੇ ਅੱਛਾ ਇਹਨਾਂ ਦੇ ਮਾਲ ਹੀ ਨਹੀਂ ਸਿੱਜਦੇ ਇੱਥੇ ਕਿਤੇ ਵੀ ਲੱਗ ਰਿਹਾ ਕਿਵੇਂ ਆਂ ਅੱਛਾ ਇਹ ਦੱਸੋ ਲੋਕੀ ਪੁੱਛਦੇ ਨੇ ਤੁਸੀਂ ਕਰਦੇ ਕੀ ਹੋ ਸਿਆਸਤ ਤੇ ਤੁਹਾਡਾ ਸ਼ੌਕ ਹੋਣਾ ਹੈ ਨਾ ਬਸ ਉਸ ਤਰ੍ਹਾਂ ਕੀ ਕਰਦੇ ਹੋ ਸ੍ਰੇ ਮਾਸ਼ ਕੀ ਤੁਹਾਡਾ ਆ ਮੈਂ ਮੇਰੇ ਜੀ ਤਿੰਨ ਪ੍ਰਾਪਰਟੀ ਜਿਹੜੀ ਮੈਂ ਕਿਰਾਏ ਤੇ ਦਿੱਤੀ ਅੱਛਾ ਕਿਰਾਏ ਤੇ ਦਿੱਤੀ ਦੋ ਬਿਲਡਿੰਗਾਂ ਨੇ ਜਿੰਨਾ ਮੈਨੂੰ 55 60-60 ਹਜ਼ਾਰ ਰੁਪਏ ਆਂਦਾ ਅੱਛਾ ਆਂ ਇੱਕ ਦਾ 15000 ਆਂਦਾ ਏ ਇੱਕ ਤੋਂ 8000 ਆਂਦਾ ਏ ਇੱਕ ਬਲਡੋਜ਼ਰ ਮੇਰਾ ਐਨਾ ਕੁਛ ਨਾ ਦੱਸੋ ਐਫ بی ਆਰ ਵਾਲਾ ਨੋਟਿਸ ਆ ਜਾਣਾ ਨਹੀਂ ਨਹੀਂ ਆ ਜਾ ਵੀ ਅਖਤਰਾ ਵਾਲਾ ਅਨੇ ਕੋਈ ਨਹੀਂ ਮੈਂ ਕਮਾ ਕੇ ਲਿਆਂਦਾ ਏ ਮੇਰੇ ਕੋਲ ਹਾਲੀ ਤੱਕ ਪਾਸਪੋਰਟ ਸੱਤ ਪਏ ਨੇ अच्छा हां जेडर न्यू करांदा रहे अच्छा अच्छा सत्त ਘਰ ਪੈਨੇ ਮੈਂ ਕਿਹੜਾ ਚੋਰ ਚੱਕਾ ਵਾਂ ਪੈਣਾ ਨੇ ਸਹੀ ਗੱਲ ਸਹੀ ਗੱਲ ਪਰ ਹੁਣ ਸਿਆਸਤ ਮਤਲਬ ਤੁਸੀਂ ਮਾਸ਼ਾਅੱਲਾ ਹੁਣ ਤੇ ਬੜੇ ਮਸ਼ਹੂਰ ਹੋ ਗਏ ਸਿਆਸਤ ਤੇ ਅੱਲੇ ਤਾਂ ਤੁਸੀਂ ਕੌਂਸਲਰ lever ਦਾ ਲੜਦੇ ਸੀ ਹੁਣ ਤਾਂ ਥੋੜਾ ਜਿਹਾ ਇੱਕ ਸਟੈਪ ਉੱਤੇ ਮਤਲਬ ਕੋਈ ਐਮਪੀ ਐ ਸ਼ੀਐਮਪੀ ਵਗੈਰੇ ਸਾਈਟ ਤੇ ਨਹੀਂ ਆਣਾ ਇਨਸ਼ਾਅੱਲਾ ਮੈਂ ਹੁਣ ਇਹ ਕੋਈ ਆਪਣੀ ਪਾਰਟੀ ਨੂੰ ਕਹਿਣਾ ਕਿ ਮੈਨੂੰ ਵੀ ਜ਼ਮਾਓ ਆਪਣੀ ਪਾਰਟੀਆਂ ਨਹੀਂ ਨੂੰ ਲਿਗਨੂੰ ਨੂੰ ਲਿਗਨੂੰ ਅੱਛਾ ਨੂੰ ਲਿਗਨੂੰ ਕਿ ਮੈਨੂੰ ਵੀ ਮੌਕਾ ਦਿਓ ਮੈਂ ਖਿਦਮਤ ਦੇ ਖਲਕ ਕਰਨਾ ਵਾ ਤੁਹਾਨੂੰ ਸਾਬ ਜੀ ਮੈਂ ਤੁਹਾਨੂੰ ਗੱਲ ਸੁਣਾਣਾ ਜਦੋਂ ਮੈਂ ਪਹਿਲੀ ਵਾਰੀ ਕਾਉਂਸਲਰ ਹੋਇਆ ਨਾ ਤੇ ਮੈਂ ਕਿਹਾ ਕਿ ਮੈਨੂੰ ਉਹ ਕੰਮ ਦਿਓ ਜਿਹੜਾ ਕਿਸੇ ਕੋਲ ਨਾ ਹੁੰਦਾ ਹੋਵੇ ਤੇ ਉਹਨਾਂ ਨੇ ਮੈਨੂੰ ਦਿੱਤਾ ਖਾਕਰੋ ਦਾ ਇੰਚਾਰਜ ਬਣਾ ਦਿੱਤਾ ਅੱਛਾ ਉਹ ਮੈਂ ਉਹਨਾਂ ਦੇ ਪਿੱਛੇ ਲਗਾ ਫਿਰਾਂ ਝਾੜੂ ਮਰਵਾਉਂਦਾ ਫਿਰਾਂ ਜਦੋਂ ਮੈਂ ਉਹ ਮਰਵਾ ਕੇ ਆਇਆ ਤੇ ਇਲੈਕਟ੍ਰੀਸ਼ੀਅਨ 6-7 ਰਾਤ ਫੜ ਕੇ ਆ ਜੀਵੇ ਅੱਛਾ ਮੈਂ ਉਹ ਲਵਾਂ ਜਲਾ ਜਮਾ ਹੈ ਉਹ ਜੀ ਉਹ ਫਲਾਣੇ ਦਾ ਗੈਸ ਖਰਾਬ ਸੀ ਮੈਨੂੰ ਕੀ ਕਹਿੰਦੇ ਨੇ ਬਿਠਾ ਕੇ ਸਾਰੇ ਹਾਂ ਕਹਿੰਦੇ ਤੈਨੂੰ ਕੀ ਪ੍ਰੋਬਲਮ ਹੈ ਹੈ ਇਹ ਜਿਹੜਾ ਉਹਨਾ ਟੁਰ ਪੈ ਮੈਂ ਕਿ ਯਾਰ ਗਰੀਬ ਜੀ ਜੇ ਮੈਂ ਸਟੇਜ ਤੇ ਬੈ ਖਲੋ ਕੇ ਹਲਵ ਚੁੱਕਿਆ ਤੇ ਮੈਂ ਉਹਨੂੰ ਪੂਰਾ ਵੀ ਤੇ ਕਰਾਣਾ ਹੈ ਸਹੀ ਗੱਲ ਹੈ ਤੁਸੀਂ ਜੋ ਨਹੀਂ ਜਾਣਦੇ ਉਹ ਚੇਅਰ ਰਾਡ ਵਾਪਸ ਟੋਨ ਲੈ ਜਾਏਗਾ ਹਾਂ ਹਾਂ ਅੱਛਾ ਨਹੀਂ ਇਹ ਨੂਨ ਲੀਗ ਦੇ ਤੁਸੀਂ ਕਹਿ ਰਹੇ ਹੋ ਆਪਣੀ ਪਾਰਟੀ ਤੁਸੀਂ ਕਹੋਗੇ ਕਿ ਤੁਹਾਨੂੰ ਮਤਲਬ ਐਮਪੀਏ ਦੀ ਅਜੀ ਸ਼ੋਰ ਦੇਣੀ ਚਾਹੀਦੀ ਹੈ ਟਿਕਟ ਤੁਹਾਨੂੰ ਦੇਣੀ ਚਾਹੀਦੀ ਹੈ ਠੀਕ ਹੈ ਪਰ ਮੀਆਂ ਸਾਹਿਬ ਆਪ ਤੇ ਆਂਦੇ ਨਹੀਂ ਵਾਪਸ ਮੀਆਂ ਸਾਹਿਬ ਦੇ ਬਗੈਰ ਇਲੈਕਸ਼ਨ ਕਿਸ ਤਰ੍ਹਾਂ ਜਿੱਤੋਗੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਹਾਂ ਉਹ ਆ ਆ ਰਹੇ ਨੇ ਇਨਸ਼ਾ ਅੱਲਾਹ ਤਾਲਾ ਖਬਰਾਂ ਤੇ ਮਿਲਦੀਆਂ ਵੀ ਆ ਰਹੇ ਨੇ ਹਾਂ ਉਹਦੇ ਬਗੈਰ ਵਾਕਿਆ ਉਹ ਆ ਗਏ ਤੇ ਫਿਰ ਲਾਹੌਰ ਦਾ ਇੱਕੋ ਪਾਵਾ ਨਹੀਂ ਰਹਿਣਾ ਫਿਰ ਮੀਆਂ ਸਾਹਿਬ ਨੇ ਬਣ ਜਾਣਾ ਮੀਆਂ ਸਾਹਿਬ ਲੋਕ ਕਹਿੰਦੇ ਤਾਂ ਹੈ ਹੀ ਨਹੀਂ ਕਿ ਜਨਾਬ ਲਾਹੌਰ ਉਹਨਾਂ ਦਾ ਗੜ੍ਹ ਹੈ ਨਹੀਂ ਨਹੀਂ ਕੋਈ ਬਾਦਸ਼ਾਹ ਹੋਵੇ ਜਾਂ ਫਕੀਰ ਹਾਂ ਜਿਨੂੰ ਅੱਲਾਹ ਦੀ ਤਰਫੋਂ ਉਤਭਾ ਮਿਲ ਜਾ ਕੋਈ ਛੀਨ ਨਹੀਂ ਸਕਦਾ ਮੈਂ ਲਾਹੌਰ ਦਾ ਪਾਵਾਂ ਤੇ ਮੈਂ ਹੀ ਰਹਾਗਾ ਅੱਛਾ ਹਾਂਜੀ ਸ਼ੋਰ ਮੈਨੂੰ ਅੱਲਾਹ ਨੇ ਬਣਾਇਆ ਪਨਨ ਲੀਗ ਮੈਂ ਤਾਂ ਤੁਸੀਂ ਹੁਣ ਸਿਆਸਤ ਦੀ ਜੋ ਥੋੜੀ ਜਿਹੀ ਸਿਆਸਤ ਆਪਣੀ ਤੁਸੀਂ ਮੈਨੂੰ ਥੋੜਾ ਜਿਹਾ ਗੱਲ ਦੱਸੋ ਲਾਹੌਰ ਏ ਹਲੇ ਵੀ ਸ਼ੇਰ ਦਾ ਉਹ ਮੁਕਾਮ ਹੈ ਜਾਂ ਹੁਣ ਮੁੱਕ ਗਿਆ ਕੰਮ ਦੇਖੋ ਜੀ ਮੈਂ ਗੱਲ ਕਰਨਾ ਮਾ ਖੁਦਾ ਨੂੰ ਹਾਜ਼ਰ ਨਾਜ਼ਰ ਕਰਕੇ ਠੀਕ ਮੈਂ ਤਾਂ ਹਲੇ ਵੀ ਦਵਾ ਕਰਨਾ ਜਿਹੜਾ ਪਾਕਿਸਤਾਨ ਲਈ ਬਿਹਤਰ ਏ ਨਾ ਉਹ ਆਹੀ ਹੋਵੇ ਠੀਕ ਠੀਕ ਹੈ ਜੀ ਗਰ ਗੁਰਬਤ ਬਹੁਤ ਵੱਧ ਗਈ ਹੈ ਮਹਿੰਗਾਈ ਬਹੁਤ ਵੱਧ ਗਈ ਗੁਰਬਤ ਮਹਿੰਗਾਈ ਹਾਂ ਔਰ ਸਾਡੇ ਇਲਾਕੇ ਚ ਨਾ ਨਸ਼ਾ ਕਰਨ ਵਾਲੇ ਨਾ ਰੋੜਾਂ ਤੇ ਪਏ ਹੁੰਦੇ ਨੇ ਓਏ ਹੋਏ ਤੇ ਮੈਂ ਭਰੇ ਵੀ ਸੇ ਟਿਕਟੋਕ ਇਹਨੂੰ ਲੈ ਜਿਓ ਕੋਈ ਇਨਸਾਨ ਬਚ ਜਾਏ ਤੇ ਇਨਸਾਨੀਅਤ ਦਾ ਬਚ ਜਾਗੀ ਹਾਂ ਉੱਥੇ ਕੋਈ ਹਸਪੀਟਲ ਨਹੀਂ ਹੈ ਜਿਹੜਾ ਨਸ਼ਿਆ ਵਾਲੇ ਨੂੰ ਲੈ ਕੇ ਜਾਵੇ ਅੱਛਾ ਹੈ ਚੌਕਾ ਚ ਬੇਰੋਜ਼ਗਾਰੀ ਲੋਕ ਵਾਸਾਂ ਕੱਸ ਦਿਨ ਬੱਚੇ ਹਾਂ ਇਹਨਾਂ ਨੂੰ ਨੌਕਰੀਆਂ ਦਿਓ ਦੇਖੋ ਜੀ ਤੁਸੀਂ ਵੱਡੇ ਸਿਆਸਤਦਾਨ ਤੁਸੀਂ ਵੀ ਐਂਕਰ ਤੁਸੀਂ ਅੱਛਾ ਕੰਮ ਕੀਤਾ ਮੈਂ ਸ਼ੁਕਰੀਆ ਦਾ ਵੀ ਕੀਤਾ ਜਿਹੜਾ ਸਲਾਹਵਾਲਿਆਂ ਨੂੰ ਤੁਸੀਂ ਕਵਰੇਜ ਕੀਤੀ ਮੈਂ ਤੇ ਇਹ ਵੀ ਕਿਹਾ ਕਿ ਜਿਹੜਾ ਸਲਾਹਵਾਲਿਆਂ ਲਈ ਗਿਆ ਤੁਸੀਂ ਉਹਨੂੰ ਵੋਟ ਦੋ ਬਾਕੀ ਦੇ ਅਸੀਂ ਕੈਦੀ ਹਾਂ ਸਹੀ ਸਹੀ ਗੱਲ ਜਿਹਨੇ ਪਾਕਿਸਤਾਨ ਦੇ ਜਿਹੜੇ ਮੁਸੀਬਤ ਜ਼ਿਆਦਾਤਰ ਹਾਲ ਪੁੱਛਿਆ ਉਹਨੂੰ ਵੋਟ ਕਿਉਂ ਦਿੰਦੇ ਹੋ ਅਸੀਂ ਪਾਕਿਸਤਾਨ ਦੇ ਗੁਲਾਮ ਨਹੀਂ ਅਸੀਂ ਆਜ਼ਾਦ ਹਾਂ ਹੈਂ ਮੈਂ ਟਿਕਟੋਕ 'ਤੇ ਭਰੀ ਸੀ ਮੇਰੀਆਂ ਦੋਵੇਂ ਬੜੀਆਂ ਚਲੀਆਂ ਸਨ ਕਿਉਂਕਿ ਅੱਛੀ ਗੱਲ ਕਰਨ ਵਾਲੀ ਸਾਰੀਆਂ ਚਲਦੀਆਂ ਨੇ ਹੈ ਮੰਮੀ ਅੱਛਾ ਮਾਸ਼ਾਅੱਲਾ ਇਨਾ ਟਿਕਟੋਕ 'ਤੇ ਤੁਸੀਂ ਮਸ਼ਹੂਰ ਹੋ ਗਏ ਹੋ ਦੋ ਤੁਸੀਂ ਵਿਆਹ ਕਿਤੇ ਨੇ ਜੀ ਤੇ ਕੋਈ ਹੋਰ ਵੀ ਕੋਈ ਰਿਸ਼ਤੇ ਵਿੱਚ ਤੇ ਆਏ ਨੇ ਮਤਲਬ ਕਿ ਇੱਕ ਜ਼ਰਾ ਮਤਲਬ ਤੀਸਰਾ ਵੀ ਹੁੰ ਜੇ ਤੁਹਾਡੇ ਜ਼ੇਹਨ 'ਚ ਹੋਏ ਤੇ ਨਹੀਂ ਪਤਾ ਕਿ ਬੇਟੀਆਂ ਵੱਡੀਆਂ ਨੇ ਹਾਂ ਇਹ ਉਹ ਮੈਨੂੰ ਬਲਕਾ ਟੋਕਦਿਆਂ ਨੇ ਪਰ ਤੁਸੀਂ ਹੀਰੋ ਹੈਗੇ ਹੋ ਹੁਣ ਨਹੀਂ ਨਹੀਂ ਹੀਰੋ ਆ ਮੈਨੂੰ ਅੱਜ ਹੀ ਉਹ ਮੇਰੀ ਬੇਟੀ ਦਾ ਫੋਨ ਆਇਆ ਹੈ ਉਹ ਮੈਂ ਉਹ ਕੋਈ ਟਿਕਟੋਕਰ ਨੇ ਮੈਨੂੰ ਕਹਿ ਦਿੱਤਾ ਤੂੰ ਐ ਨਾਂ ਲੈ ਲੈ ਤੇ ਉਹ ਮਰਾਤ ਨੂੰ ਉਹ ਮੈਂ ਕਿਹਾ ਡੋਲੀ ਤੇ ਮੈਂ ਕਮਲਕ ਕਿ ਉਹ ਚਾਹਤ ਬਲੋਚ ਜਿਹੜਾ ਸਾਡੇ ਹੋਟਲ ਤੇ ਆਏਗਾ ਐ ਅਸੀਂ ਉਹਨੂੰ ਕੋਈ ਗਿਫਟ ਦੇਵਾਂਗੇ ਮੇਰੀ ਬੇਟੀ ਕਹਿੰਦੀ ਤੇ ਨਾ ਉਹਨਾਂ ਦਾ ਨਾਮ ਲੈਣ ਦੀ ਜ਼ਰੂਰਤ ਹੈ ਹਾਂ ਪਪਾ ਤੁਹਾਾਰੇ ਤਾਂ ਖੁਦ ਬਹੁਤ ਫੈਨ ਹੈ ਹੈ ਹਾਂ ਐ ਤਾਂ ਤੂੰ ਕਿਉਂ ਉਹਨੂੰ ਕੇ ਨਾਮ ਲੈ ਰਿਹਾ ਇੰਦਾ ਨਾਮ ਲਿਆ ਨਾ ਤੂੰ ਮੇਰੇ ਸਰ ਸ਼ਾਦੀ ਚੁਦਾ ਹੈ ਅੱਛਾ 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 ਸ਼ਾਦੀ ਚੁਦਾ ਹੈ ਉਹ ਨਾਰਾਜ਼ ਹੋ ਗਿਆ ਉਹ ਨਾਰਾਜ਼ ਉਹ ਬਾਪਾ ਜੀ ਨਾਮ ਨਹੀਂ ਲੈਣਾ ਕਿਸੇ ਦਾ ਹਾਂ ਉਹਨੇ ਕਿਹਾ ਨਾਮ ਨਹੀਂ ਲੈਣਾ ਅੱਛਾ ਤੂੰ ਸ਼ਾਦੀ ਕਿਵੇਂ ਕਰ ਦਿੰਦੇ ਆਗੀ ਸਹੀ ਗੱਲ ਹੈ ਪਰ ਮਤਲਬ ਘਰ ਵਿੱਚ ਬੀਗਮ ਦੇ ਨਾਲ ਜਿਹੜਾ ਉਹ ਬੀਗਮ ਡਾਡੀ ਹੁੰਦੀ ਹੈ ਵੈਸੇ ਮੈਂ ਹਮੇਸ਼ਾ ਉਹ ਕਹਿੰਦੇ ਨੇ ਬਾਹਰ ਭਾਵੇਂ ਜਿਹੜਾ ਮਰਜ਼ੀ ਮੋਹੱਲੇ ਦਾ ਸ਼ੇਅਰ ਹੋਏ ਭਾਵੇਂ ਜੋ ਮਰਜ਼ੀ ਹੈ ਜਦੋਂ ਘਰ ਜਾਂਦਾ ਨਾ ਬੁੱਢੀ ਦੇ ਅੱਗੇ ਕੋਈ ਸ਼ੇਅਰ ਨਹੀਂ ਹੁੰਦਾ ਤੁਹਾਡਾ ਵੀ ਇਹ ਹਾਲਾਤ ਮੈਂ ਤੁਹਾਨੂੰ ਸੁਣਾਣਾ ਮੇਰਾ ਜ਼ਿੰਦਗੀ ਦਾ ਸੂਲ ਹੈ ਇਹਨੂੰ ਇਸ ਤਰ੍ਹਾਂ ਕਰ ਲੋ ਥੋੜਾ ਜਿਹਾ ਕਿਨੂੰ ਕਰ ਲੋ ਹਾਂ ਠੀਕ ਹੋ ਗਿਆ ਹਾਂ ਜ਼ਿੰਦਗੀ ਦਾ ਸੂਲ ਹੈ ਹੂੰ ਜਦਨ ਮੈਂ ਸ਼ਾਦੀ ਕੀਤੀ ਪਹਿਲੀ ਨਾਲ ਵੀ ਉਹ ਫੌਤ ਹੋ ਗਈ ਅੱਲ੍ਹਾ ਨੂੰ ਜੰਨਤ ਦੀ ਜਗ੍ਹਾ ਦੇ ਸੈਕਟਰ ਨਾਲ ਸ਼ਾਦੀ ਕੀਤੀ ਮੈਂ ਸੂਲਾ ਨਾਲ ਆਦਮੀ ਮੈਂ ਕਿਹਾ ਕਿਸੇ ਪੜੋਸੀ ਨਾਲ ਲੜਨਾ ਨਹੀਂ ਦਰਵਾਜ਼ੇ 'ਚ ਖੜਾ ਨਹੀਂ ਹੋਣਾ ਮੇਰੀ ਬੇਟੀਆਂ ਦਰਵਾਜ਼ੇ 'ਚ ਖੜੀਆਂ ਨਾ ਹੋਣ ਹਾਂ ਤੇ ਕੁਰਾਨ ਪੜਾਣਾ ਦਰਸ ਦੇਣਾ ਤੇ ਜਿੰਨਾ ਪੜਨ ਪੜਨ ਦਿਓ ਠੀਕ ਆਜ਼ਾਦੀ ਠੀਕ ਹੈ ਵੈਰੀ ਵੈਰੀ ਗੁੱਡ ਮੈਂ ਕਿਹਾ ਕੋਈ ਪ੍ਰੋਬਲਮ ਨਹੀਂ ਮੇਰੇ ਤਰਫੋਂ ਮੇਰੇ ਬੇਟੇ ਨੇ ਔਰ ਮੇਰੀ ਜਿਹੜੀ ਬੀਵੀ ਹੈ ਨਾ ਇਹ ਜ਼ਿਆਦਾ ਬੇਟੇ ਨੂੰ ਲਈ ਫਿਰਦੀ ਹੈ ਮੇਰਾ ਇਸਮਾਈਲਾਵਾ ਮੇਰਾ ਇਸਮਾਈਲਾਵਾ ਉਹ ਮੇਰੀਆਂ ਬੇਟੀਆਂ ਮੁੱਸੇ ਖੁਸ਼ ਹਨ ਉਹਨਾਂ ਦਾ ਵੀ ਨਾਂ ਵੀ ਲਾਵਾ ਹੈ ਆ ਵਲੀਆ ਹਦੇ ਨਾ ਇਕਲਾ ਹੈ ਨਾ ਅੱਛਾ ਅੱਛਾ ਜੈਸੇ ਉਹ ਸੋਧਿਆ ਕਿ ਨਹੀਂ ਆ ਰਹੀ ਹਾਂ ਤਾਂ ਹਮ ਵੀ ਲੋਕ ਇਸਮਾਈਲਾਵਾ ਨਾ ਉਹ ਵਲੀਆ ਹਦੇ ਮੇਰੇ ਬਾਦ ਉਹ ਹੀ ਹੈ ਨਾ ਅੱਛਾ 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 ਠੀਕ ਪਰ ਮਤਲਬ ਉਹ ਦਾਦੀ ਤਾਂ ਬੁੱਢੀ ਹੈ ਮਤਲਬ ਭਾਬੀ ਸਾਡੀ ਜੇ ਜਾਂ ਪਿਆਰ ਨਾਲ ਹੀ ਚੱਲਦੀ ਨੇ ਉਹਦੀ ਇੱਕ ਗੱਲ ਮੈਨੂੰ ਬੜੀ ਅੱਛੀ ਲੱਗੀ ਹੈ ਅੱਛਾ ਉਹਨੇ ਮੈਨੂੰ ਕਿਹਾ ਸੀ ਕਿ ਆਰਾਮ ਪੈਸਾ ਨਹੀਂ ਕਮਾਣਾ ਮੇਰੀ ਬੇਟੀਆਂ ਨੇ ਮੈਨੂੰ ਬਿਠਾ ਕੇ ਨਾ ਤੇ ਬੀਵੀ ਨੇ ਤੇ ਕਿਹਾ ਸੀ ਕਿ ਲੋਕੀ ਗੱਲਾਂ ਕਰਦੇ ਨੇ ਨਾ ਕਿ ਕਾਉਂਸਲਰ ਇਹ ਲਿਆਂਦਾ ਹੋਏਗਾ ਪੁਰਾਣੇ ਟੀਂਗੇ ਤੇ ਮੈਨੂੰ ਉਹਨਾਂ ਨੇ ਕਿਹਾ ਬਿਠਾ ਕੇ ਜਿੰਨਾ ਵੀ ਸਾਨੂੰ ਆਏਗਾ ਨਾ ਅਸੀਂ ਖਾ ਲਾਂਗੇ ਜੇ ਨਹੀਂ ਵੀ ਹੋਏਗਾ ਸਾਡੇ ਖਾਣੇ ਚ ਮਿੱਟੀ ਨਾ ਪਾਈ ਪਾਪਾ ਆਹਾਹਾ ਉਹ ਗ੍ਰਾਂਡ ਪਾਗ ਦੇ ਦਰਸ ਲੈਂਦੀਆਂ ਸਨ ਨਾ ਤੇ ਉਹਨਾਂ ਦੇ ਉਸਤਾਦ ਨੇ ਉਸਤਾਨੀ ਨੇ ਕਿਹਾ ਸੀ ਕਿ ਆਪਣੇ ਪਾਪਾ ਨੂੰ ਵੀ ਸਮਝਾਉਣਾ ਹੈ ਅੱਛਾ ਮੈਂ ਇੱਕ ਇੱਕ ਹੋਰ ਚੀਜ਼ ਮੇਰੇ ਦੇਣੀ ਚਾਹੀ ਮੈਂ ਤੁਹਾਡੀ ਇੱਕ ਵੀਡੀਓ ਵੇਖੀ ਉਹ ਤੁਸੀਂ ਨਾ ਸ਼ੇਅਰ ਕੇ ਬੈਠਾ ਹੈ ਤੇ ਤੁਸੀਂ ਨਾਰਾ ਮਾਰਿਆ ਲਾਹੌਰ ਦਾ ਕੋਈ ਪਾਵਾ ਅਖਤਰ ਲਾਵਾ ਤੇ ਨਾਲ ਹੀ ਸ਼ੇਅਰ ਜਿਹੜਾ ਨਾ ਉਹ ਸਿੱਧਾ ਹੋ ਗਿਆ ਉਹ ਹੈ ਕਿਸੇ ਮਤਲਬ ਸ਼ੇਅਰ ਮੈਂ ਹੋਰ ਵੀ ਦੋ ਤਿੰਨ ਵੀਡੀਓ ਦੇਖੇ ਸ਼ੇਅਰ ਤੁਹਾਨੂੰ ਕਿਉਂ ਪੱਤਰ ਨਹੀਂ ਦੇ ਦੂ ਹੀ ਸ਼ੇਅਰ ਦੇ ਬੰਦੇ ਗਏ ਆਹੋ ਇਹੋ ਹੀ ਨਹੀਂ ਪਤਾ ਮੈ ਕਿਸੇ ਦੁਸ਼ਮਣ ਦੀ ਚਾਲ ਹੈ ਕਿ ਉੱਥੇ ਵੀ ਸ਼ੇਰ ਨਾਲ ਹੋਇਆ ਕੁਰਮ ਗੁੱਜਰ ਘਰ ਵੀ ਸ਼ੇਰ ਨੇ ਮੈਨੂੰ ਇੰਜ ਚੱਕ ਭਰਿਆ ਮੇਰੀ ਤਾਂ ਕਿਸਮਤ ਬਚ ਗਈ ਅੱਛਾ ਹਾਂ ਤੁਸੀਂ ਵੀਡੀਓ ਦੇਖ ਲਾ ਵੇਖੀ ਉੱਥੇ ਐਸਾਈਡ ਤੋਂ ਮੈਂ ਹਾਂ ਇੰਜ ਮੇਰੀ ਜੈਕਟ ਪੂਰੀ ਦੇ ਦੰਦਾ ਚ ਆ ਗਈ ਓਹੋ ਹਾਂ ਤੇ ਮੈਂ ਰਾਤੀ ਵੀ ਮੈਂ ਗਿਆ ਸਾਂ ਸ਼ੇਰਾਂ ਦੇ ਕੋਲ ਮੈਨੂੰ ਉਹਨੇ ਬੁਲਾਇਆ ਸੀ ਪਾਰਟੀ ਤੁਸੀਂ ਵੀ ਤੇ ਉੱਠ ਕੇ ਚਲੇ ਜਾਂਦੇ ਹੋ ਸ਼ੇਰਾਂ ਦੇ ਕੋਲ ਰਾਤੀ ਮੈਂ ਜ਼ਮਾਇਆ ਮੇਰੇ ਸ਼ੇਰ ਵਾਕਈ ਬੈਰੀ ਨੇ ਉਹ ਕਹਿੰਦੇ ਜੀ ਅਸੀਂ ਜਾਂ ਲਾਹੌਰ ਦਾ ਪਾਵਾ ਇਹ ਲਾਹੌਰ ਦਾ ਪਾਵਾ ਹੀ ਅਸੀਂ ਸ਼ੇਰ ਦੇ ਕੇ ਫਿਰ ਸ਼ੇਰ ਨਹੀਂ ਤੇ ਨਹੀਂ ਚੱਲਦਾ ਨਾ ਪਰ ਤੁਹਾਨੂੰ ਮੈਨੂੰ ਕੁਝ ਛੋੜ ਛੋੜ ਨਹੀਂ ਲੱਗੀ ਨਾ ਸਭ ਖੈਰ ਖੈਰੀ ਤੇ ਨਹੀਂ ਨਹੀਂ ਕੁਝ ਨਹੀਂ ਲੱਗਾ ਅੱਛਾ ਪੱਛ ਗਿਆ ਤੇ ਹੁਣ ਕੋਈ ਦੋਸਤੀ ਹੋਈ ਹੈ ਉਹਦੇ ਨਾਲ ਸ਼ੇਰ ਦੇ ਨਾਲ ਮਾਫੀ ਮੈਂ ਮੰਗੀ ਉਹਨੂੰ ਕਮਰੋਂ ਪੈਸੇ ਕਹਿੰਦਾ ਤੂੰ ਇੰਨੀ ਬੜਕਾ ਨਾ ਮਾਰੇ ਘਰਾਂ ਅੱਛਾ ਤੁਹਾਡੇ ਨਾਲ ਵੀ ਨਰਾਜ਼ ਹੁੰਦਾ ਮੈਂ ਵੇਖਿਆ ਹੋਰ ਕਿਸੇ ਨਾਲ ਹੋਰ ਕਿਸੇ ਨਾਲ ਨਹੀਂ ਕਰਦਾ ਨਹੀਂ ਹੈਨਾ ਪਸਰ ਨਹੀਂ ਕੀ ਚੱਕਰ ਮੇਰੇ ਡਾਇਲਗ ਤੋਂ ਡਰ ਗਿਆ ਦੇਖੋ ਜੇ ਹਸਦ ਕਰਨ ਵਾਲੇ ਵੀ ਹੈਗੇ ਨੇ ਕੋਈ ਪਾਰਟੀ ਸਾਡੀ ਚ ਵੀ ਹੈਗੇ ਨੇ ਹੈ ਕੋਈ ਬਾਹਰ ਵੀ ਨੇ ਲੇਕਿਨ ਮੇਰਾ ਸਾਹਿਬ ਜੀ ਨਿਆਜ਼ੀ ਅੱਡੇ ਦੇ ਨਾਲ ਸਿਕਾਈਵੇ ਹੈਗਾ ਇੰਨਾ ਕੂੜਾ ਸੀ ਪੀਟੀਆ ਦੇ ਦੌਰ ਚ ਅੱਛਾ ਹਾਂ ਸਾਰੀ ਦੁਨੀਆ ਨੂੰ ਪਤਾ ਹੈ ਉਹਦੇ ਤੋਂ ਤੇ ਹਟੋਇਆ ਮੈਂ ਹੈ ਸ਼ੇਰ ਤੋਂ ਹਾਂ ਕੋੜਾ ਥਣਾ ਚੁਕ ਉਹ ਰਸਤਾ ਬਲਾਕ ਹੋ ਗਿਆ ਨਾ بارش ਹੋ ਕੇ اچھا ਤੇ ਮੈਂ ਜਾ ਕੇ ਗਟਰ ਖੋਲੇ ਅੱਥਾ ਨਾਲ اچھا ਹਾਂ اچھا ਮੈਂ ਟਿਕਟੋਕ ਬਣਾਈਆ ਸਬੂਤ ਪੇਸ਼ ਕੀਤੇ اچھا ਹਾਂ ਮੈਂ ਉੱਥੇ ਇੰਨਾ ਇੰਨਾ ਕਚਰਾ ਇਹ ਪੀਟੀਆ ਦੇ ਦੌਰੇ ਚ ਹੋਇਆ ਹੈ ਮਤਲਬ ਇਹ ਜਦੋਂ ਪਿਛਲੀ ਇਹਨਾਂ ਦੀ ਪਿਛਲੇ ਉਸਮਾਨ ਬੁਜ਼ਾਰ ਜਦੋਂ ਵਜ਼ੀਰ ਆਇਆ ਉਹ 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 ਸਾਡੀ ਕੋਈ ਮੰਨਦਾ ਨਹੀਂ ਸੀ ਹਾਂ ਅਤੇ ਉੱਥੇ ਕੋੜਾ ਅੱਡੇ ਵਾਲੇ ਸਕਾਈਵੇ ਵਾਲੇ ਨਿਆਜ਼ੀ ਅੱਡੇ ਵਾਲੇ ਅਬਦੁੱਲਾਹ ਅੱਡੇ ਵਾਲੇ ਦੂਸਰੇ ਲੋਕ ਉੱਥੇ ਸੁੱਟਦੇ ਹਨ ਲੋਕਾਂ ਨੂੰ ਸ਼ੋਰ ਨਹੀਂ ਹੈਗਾ ਇੱਥੇ ਅੱਛਾ ਮੈਂ ਫਿਰ ਉਹਨਾਂ ਕੋਲ ਗਿਆ ਮੈਂ ਕਿਹਾ ਜੀ ਪੈਸੇ ਤੁਸੀਂ ਕਮਾਓ ਤੇ ਕਚਰਾ ਸਾਡੇ ਮੂੰਹ ਤੇ ਸੁੱਟੋ ਹਾਂ ਮੈਂ ਨਿਆਜ਼ੀ ਨੂੰ ਕਿਹਾ ਜਾ ਕੇ ਰਿਕਵੈਸਟ ਕੀਤੀ ਕੋਈ ਬਦਮਾਸ਼ੀ ਨਹੀਂ ਕੀਤੀ ਮੈਂ شریف ਆਦਮੀ ਮੈਂ ਕਿਹਾ ਅਗਰ ਤੁਹਾਡਾ ਕੋਈ ਸੁੱਟਣ ਗਿਆ ਤੇ ਮੈਂ ਉਹਨੂੰ ਫੜ ਲੈਣਾ ਜੀ ਅੱਛਾ ਹਾਂ ਫਿਰ ਫੜਿਆ ਵੀ ਉਹਦੀ ਟਿਕਟੋਕ ਵੀ ਬਣਾਈ ਹਾਂ ਸੁਬਾ ਸਾਹਿਬ ਜੀ ਮੈਂ ਜਾਂਦਾ ਹਾਂ 4 ਵਜੇ ਲੋਕਾਂ ਨੂੰ ਫੜਦਾ ਹਾਂ ਸਵੇਰ ਮਾਰਨਿੰਗ ਉੱਠ ਕੇ ਤੇ ਸਾਰਾ ਦਿਨ ਉੱਥੇ ਰਾਖੀ ਕਰਨੀ ਤੇ ਵਰਕਰਾਂ ਨੂੰ ਨਾਸ਼ਤਾ ਦੇਣਾ ਗੂਜੀ ਲੀਮਾ ਲਾਇ ਹੈ ਗਾਇਬਤ ਬਲੋਤ ਸਾਡੇ ਨਾਲ ਉਹ ਬਹੁਤ ਅੱਛਾ ਆਦਮੀ ਹੈ ਉਹਨੇ ਕਿਹਾ ਲਾਵੇ ਤੂੰ ਅੱਛਾ ਕੰਮ ਕਰਨਾ ਖਿਦਮਤ ਸੇ ਖਲਕ ਕਰਨਾ ਚਨੇ ਤੇ ਲੀਮ ਮੇਰੀ ਤਰਫੋਂ ਨਾਨ ਤੇ ਪੈਪਸੀ ਤੇ ਪਾਣੀ ਤੇ ਮੈਨੂੰ ਲੱਗਦਾ ਜਿਹੜੇ ਤੁਸੀਂ ਲਾਹੌਰ ਦੀ ਗੱਲ ਕਰਦੇ ਹੋ ਨਾ ਤੁਹਾਨੂੰ ਖਾਣ ਪੀਣ ਦਾ ਸ਼ੌਕ ਵੀ ਲਾਹੌਰ ਦੇ ਖਾਣੇ ਹੈਗਾ ਨਾ ਹੈ ਨਾ ਇਸ ਤਰ੍ਹਾਂ ਹੀ ਹੈ ਹੈ ਨਾ ਹਾਂਜੀ ਤੇ ਪਰ ਇਹ ਸੀਰੀਅਸ ਕੋਈ ਨਹੀਂ ਮਤਲਬ ਕੋਈ 마ਸ਼ਾਅੱਲਾ ਤੁਹਾਡੀ ਬੜੀ ਉਮਰ ਹੋ ਗਈ ਲੋਕੀ ਤੇ ਇਸ ਵੇਲੇ ਡਾਇਬਟੀਜ਼ ਦਾ ਸ਼ਿਕਾਰ ਹੁੰਦੇ ਨੇ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹੁੰਦੇ ਨੇ ਦਿਲ ਦੀ ਤਕਲੀਫ ਹੁੰਦੀ ਹੈ ਤੇ ਨਹੀਂ ਸ਼ੁਕਰ ਹੈ ਸ਼ੁਕਰ ਤੁਮਦ ਲੀਲਾ ਖੁਸ਼ ਰਹਿੰਦੇ ਹੋ ਨਾ ਖੁਸ਼ ਰਹਿੰਦੇ ਆ ਕੱਲ ਮੈਂ ਤਕਰੀਬਨ 350 400 ਦੇ ਨਾਲ ਟਿਕਟੋਕ ਬਣਾਈ ਇਕੱਲੇ ਨੇ ਤੇ ਮੇਰਾ ਐਕਸ਼ਨ ਵੀ ਬੜਾ ਖਤਰਨਾਕ ਹੈ ਅੱਛਾ ਲਾਹੌਰ ਦਾ ਬਾਵਾ ਅਕਤ ਲਾ ਖਾਨ ਪੀਣ ਚ ਕਿਸ ਚੀਜ਼ ਦਾ ਸ਼ੌਕ ਹੈ ਸਭ ਤੋਂ ਫੇਵਰਿਟ ਡਿਸ਼ ਕਿਹੜੀ ਮਟਰਨ ਕੜਾਈ ਉਹ ਤੁਹਾਡੀ ਖੈਰ ਤੁਹਾਡੀ ਖੈਰ ਇਹ ਮਟਰਨ ਬਰੀਆਨੀ ਆਹਾ ਮੇਰੀ ਬੀਲੀ ਬੀਵੀ ਪਹਿਲੋਂ ਬੁਲਾਦੀ ਹੁੰਦੀ ਸੀ ਜ਼ਾਫਰਨ ਪਾ ਕੇ ਅੱਛਾ ਹੁਣ ਤੇ ਹਲਦੀ ਪਾ ਕੇ ਬਣਾ ਲੈਂਦੀ ਨਹੀਂ ਨਹੀਂ ਹੁਣ ਤੇ ਤੁਹਾਡੇ ਖਾਣੇ ਵੀ ਵੱਜ ਜਾਣੇ ਨੇ ਜਨਾਬ ਨਹੀਂ ਹੁਣ ਤੇ ਦਾਵਤਾਂ ਬੜੀਆਂ ਨੇ ਅਸੀਂ ਕੋਈ ਝੂਠ ਬੋਲੀਏ ਰੋਜ਼ ਦਾਵਤ ਹਾਂ ਸਾਰੇ ਕਹਿੰਦੇ ਨੇ ਵੀ ਆਓ ਜੀ ਖਾਣਾ ਖਾਓ 10 ਬੰਦਿਆਂ ਦਾ ਵੀ ਉੱਥੇ ਮੈਂ ਸੀ ਇੱਕ ਫਾਰਮ ਹਾਊਸ ਤੇ ਗਿਆ ਕੁਝ ਵੀ ਸ਼ੇਅਰ ਸਨ ਫਲਪੀਨੀ ਚਾਰ ਬੰਦੇ ਸਨ ਦੋ ਲੇਡੀਜ਼ ਫਲਪੀਨੀ ਸਨ ਮੈਂ ਉਹਨਾਂ ਨੂੰ ਐਮਜ ਟੂਟੀ ਭਜੀ ਮੈਂ ਕਿਹਾ ਚੈਨਲ ਪਾਕਿਸਤਾਨ ਫੂਡ ਫਰੈਂਡ ਸੀਪੈਕ ਅੱਛਾ ਤੇ ਉਸ ਤੋਂ ਬਾਅਦ ਮੈਂ ਬਣਾਈ ਨਾ ਤੇ ਉਹਨੇ ਮੇਰੇ ਕੋਲੇ ਗਿਆ ਟਿਕਟਾਕ ਤੇ ਮੈਂ ਜੋ ਕਿਹਾ ਲਾਹੌਰ ਦਾ ਪਾਵਾ ਤੇ ਉਹ ਵੀ ਕਹਿੰਦੀ ਲਾਹੌਰ ਦਾ ਪਾਵਾ ਅੱਛਾ ਸਾਰੇ ਨੂੰ ਕੰਮ ਤੇ ਲਾਤਾ ਸਾਰੇ ਕੰਮ ਤੇ ਲਾਜਤਾ ਉਸ ਤੋਂ ਬਾਅਦ ਉਹਨੇ ਕਿਹਾ ਤੇਰੀ ਫੈਮਲੀ ਮੇਰੀ ਜ਼ਿੰਦਗੀ ਜਿਨੀ ਹੈਗੀ ਹੈ ਨਾ ਤੈਨੂੰ ਚਾਈਨੈਸ ਰੈਸਟੋਰੈਂਟ ਤੇ ਨਾ ਫ੍ਰੀ ਖਾਣਾ ਓਹੋ ਫੈਮਲੀ ਦਾ ਐ ਡੀ ਐਚ ਯੂਰ ਮੈਂ ਗਿਆ ਨਹੀਂ ਅੱਲੀ ਅੱਛਾ ਲੇਕਿਨ ਦੇਖ ਤੁਹਾਨੂੰ ਚਾਈਨੈਸ ਖਾਣਾ ਨਹੀਂ ਪਸੰਦ ਆ ਨਾ ਮੈਂ ਤੁਹਾਨੂੰ ਪਹਿਲੇ ਦੱਸ ਦਿਆਂ ਮੈਨੂੰ ਪਤਾ ਹੈ ਲੇਕਿਨ ਮੈਨੂੰ ਆ ਜਾਂਦਾ ਮੇਰੀ ਫੈਮਲੀ ਨੂੰ ਨਹੀਂ ਆਣਾ ਕਿਉਂਕਿ ਸਾਡੇ ਐਨਐਸਡੀ ਨਾ ਦੁਨੀਆ ਦਾ ਹਰ ਖਾਣਾ ਭੱਕਦਾ ਸੀ 105 ਕੁਕਸਾ ਜੀ ਅੱਛਾ ਜਿੰਦੇ ਚ 20 ਔਰਤਾਂ ਮਰਾਕਸ਼ ਦੀਆਂ ਸਨ ਅੱਛਾ ਉਹ ਵੱਖਰਾ ਖਾਣਾ ਬਣਾਉਂਦੀਆਂ ਹਨ ਫਰਾਂਸੀ ਵੱਖਰਾ ਬਣਦਾ ਸੀ ਇਟਲੀ ਵੱਖਰਾ ਬਣਦਾ ਸੀ ਅਰਬੀ ਵੱਖਰਾ ਬਣਦਾ ਸੀ ਔਰ ਬੇਕਰੀ ਦਾ ਸਮਾਨ ਵੱਖਰਾ ਬਣਦਾ ਸੀ ਵਾਹ ਖਾਬ ਨਹੀਂ ਜਿਵੇਂ ਹੁੰਦੇ ਹਾਂ ਇੰਜ ਮੈਂ ਚਾਰ ਸਾਲ ਤੋਂ ਦਾ ਅੱਲਾ ਨੇ ਕਰਮ ਕੀਤਾ ਹਾਂ ਮੈਂ ਹੀ ਖਾਣਾ ਪਹੁੰਚਾਉਂਦਾ ਸਾਂ ਹਾਂ ਮੈਂ ਹੀ ਬਰਤਨ ਵਾਪਸ ਲੈ ਕੇ ਆਉਂਦਾ ਸਾਂ ਅੱਛਾ ਜੋ ਖਾਸ ਉਹਨਾਂ ਦੀ ਪ੍ਰਾਈਵੇਸੀ ਹੁੰਦੀ ਹੈ ਉਹਦਾ ਮੈਂ ਹੀ अख्तर लावा साहब बहुत बहुत शुक्रिया अख्तर लावा साहब हमारे साथ मौजूद थे आपने नारा भी सुना इनकी हिस्ट्री भी सुनी मैंने आज इनको बुलाने का बहुत जो मेरी एक रीजन थी पाकिस्तान के अंदर जब तक ये कैमरा जिससे आप इस वक्त मुझे देख रहे हैं ये महदूद लोगों के पास होता था आज से दस साल पहले पंद्रह साल पहले सिर्फ चंद लोगों की ही इसके ऊपर इजारा दारी थी उनको मौका मिलता था वो टी वी के ऊपर आते थे वो अपना एक्सप्लेनेशन देते थे कुछ लोग उनको पसंद करते थे कुछ लोग नहीं करते थे लेकिन इजारा दारी थी सिर्फ चंद चेहरे ऐसे थे जो टी वी के ऊपर बैठ सकते थे लेकिन आज जब कैमरा हर फोन के अंदर मौजूद है हर शख्स के हाथ में है उसके अंदर कोई भी टैलेंट है वो चाहे खुशियाँ बिखेरे अपनी कहानी सुनाए चाहे वो उदासी की हो चाहे गम की हो या किसी के साथ कोई ज़्यादा हुई हो या उसने खुशियाँ बिखेरनी हो उसके पास वो चांस है अख्तर लावा साहब मेरी नज़र में एक उस क्लास से ताल्लुक़ रखते हैं जो अपनी बातों से अपनी खुशियों से हर एक का दिल जो है वो निखार देते हैं उनका सिर्फ एक क्लिप देख के लोग खुश होते हैं और कहते हैं हाँ यार जीदार आदमी है इसके नारे ने जो है हमारा दिल भी बड़ा कर दिया और माशाल्लाह ये इतने फेमस हुए कि पाकिस्तान से बाहर भी जो है लोग ये नारे लगा रहे हैं जो अभी थोड़ी देर पहले इन्होंने आप लगाया है मेरे लिए ज़्यादा अच्छी बात यह है कि इन लोगों को भी अब मौका मिला है कि ये अपने आप को प्रेजेंट कर सकते हैं कुछ लोगों को इनसे इख्तलाफ भी हो सकता है और कुछ लोग कुछ लोग नहीं बल्कि बहुत से लोग इनके फैंस भी हैं आज इन्होंने हमें वक्त दिया अपनी लाइफ हिस्ट्री बताई किस तरह कहाँ से सफ़र करते करते यहाँ पर पहुँचे और मैं भी उस दूध वाले की तरह ये बात जानता हूं कि आप पैसों की रेल पे लोने वाले आई होप आपने आज के मेरे मेहमान को इंजॉय किया होगा इनशाला अगले एपिसोड में दोबारा मुलाकात होगी अल्लाह हाफिज